ਓਏ ਆ ਜਾ ਆ ਜਾ ਬਾਰ ਤਾਂ ਖੁੱਲਾ, ਤੂੰ ਬੜਾ ਚੌੜਾ ਹੈ। ਹੋ ਰੋੜਾ ਮੈਨੂੰ ਰੋਟੀ ਦਾ ਖਵਾਓ, ਮੈਨੂੰ ਮਿੰਟ ਦਾ ਭੁੱਖ ਲੱਗ ਰਹੀ ਹੈ। ਓਏ ਖੜ ਜਾ ਹੁਣ, ਇਹਨੂੰ ਛੇਤੀ ਭੁੱਖ ਵੀ ਲੱਗੀ। ਹੋਰ 15-20 ਰੋਟੀਆਂ ਤੋਂ ਘੱਟ ਨਹੀਂ ਖਾਂਦਾ ਮੈਂ। ਲੈ ਕੰਮ ਕੀ ਹੋਇਆ ਪਿਆ, ਇਹਨੂੰ ਭੁੱਖ ਲੱਗੀ ਪਈ ਆ, ਸਾਡੀ ਤਾਂ ਸਾਹ ਸੁੱਕੇ ਪਏ ਨੇ। ਉਹ 15-20 ਰੋਟੀਆਂ ਤਾਂ 4.5 ਦਿਨਾਂ 'ਚ ਪਕਦੀਆਂ ਇੱਥੇ। ਬਸ ਫਿਰ ਮੇਰੀ ਤਾਂ ਖੁਰਾਕ ਹੀ ਇੰਨੀ ਹੈ। ਫਿਰ ਐਂ ਕਰਦਾ ਮੈਂ, ਪਰਾਂ ਤਾਂ ਫਿਰ ਦੂਜੀ ਲਿਆਉਣਾ ਤਾਂ ਵਿੱਚ ਵੜ ਵੜ ਆਟਾ ਗੁੰਨਣਾ ਪਊਗਾ। ਬਸ ਠੀਕ ਹੈ, ਜਿਵੇਂ ਮਰਜ਼ੀ ਕਰ ਲਓ। ਇਹ ਤਾਂ ਉਹ ਕੰਮ ਬਸ਼ਰਮਾ ਨੇ ਡੁੱਲ ਗਈ ਦਾਲ, ਅਸੀਂ ਤਾਂ ਆਪਦੀ ਬੇਇੱਜ਼ਤੀ ਵੀ ਖੁਦ ਕਰੀ ਜਾਂਦਾ। ਨਾ ਮੈਨੂੰ ਐਂ ਦੱਸ, ਤੇਰਾ ਦਿਮਾਗ ਦਮੂਗ ਕੰਮ ਕਰਿਆ ਨੀ ਉੱਥੇ ਮਾੜਾ ਮੋਟਾ? ਮੈਂ ਹੁਣ, ਮੈਨੂੰ ਤਾਂ ਸਰਪੰਚ ਨੇ ਗੇਰਾ ਆਖਿਆ ਸੀ ਭਾਈ ਮੈਂ ਤਾਂ ਬਾਥਰੂਮ ਕਰਕੇ ਆਉਣਾ। ਮੈਂ ਤਾਂ ਉਹਦੇ ਹੁਣ ਯਕੀਨ ਕਰਿਆ, ਹੁਣ ਇਹਦੇ ਵਿੱਚ ਮੇਰਾ ਕੀ ਫੋਟੋਆਂ ਝਲਕ ਕਰਿਆ ਕਰਿਆ ਉਹਦੇ, ਕੋਈ ਗੱਲ ਨੀ। ਤੂੰ ਇੰਨਾ ਇੰਨਾ ਤਾਂ ਦਿਮਾਗ ਕੰਮ ਕਰ ਲੈਂਦਾ ਵੀ ਮੈਨੂੰ ਕਹਿ ਕੇ ਗਿਆ ਖੋਲਣਾ ਨੀ ਅੱਖਾਂ, ਤੂੰ ਅੱਖਾਂ ਖੋਲਤੀਆਂ ਉਹਦੀਆਂ। ਇੱਕ ਸਰਪੰਚ ਭੁੱਖਾ ਰੋਟੀ ਵੀ ਨਹੀਂ ਫੜਾਈ ਸੀ ਉਹਨੂੰ। ਅੱਛਾ, ਦੂਜਾ ਭੁੱਖਾ, ਠੀਕ ਹੈ। ਹਾਂ ਤੇ ਉਹਨੂੰ ਤਾਂ ਭੁੱਖਾ ਹੀ ਰੱਖਣਾ, ਭੁੱਖਾ ਹੀ ਰੱਖਣਾ ਸੀ ਉਹਨੂੰ। ਹੋਰ ਦੱਸ ਉਹਨੂੰ ਕੀ ਹੋਣਾ ਸੀ? ਆਪਾਂ ਕਹਿੰਦਾ ਤਾਂ ਸੀ ਮੈਨੂੰ ਖਾਣ ਨੂੰ ਵੀ, ਮੈਂ ਖਾਣਾ ਪੀਣਾ ਮੈਨੂੰ ਕੁਝ ਲਿਆ ਦੋ। ਲਿਆਉਂਦਾ ਉਹਨੂੰ ਕੁਝ, ਫਿਰ ਉਹਨੂੰ ਮੂਰੇ ਮੂਰੇ ਮੈਨੂੰ ਲਾਵਾਂਦਾ ਕੀ ਖਾਏਗਾ, ਕੜੀ ਕੋਫਤਾ ਰਾਜਮਾਂਹ ਚੌਲ, ਕੜੀ ਚੌਲ ਤੇ ਅੰਡਿਆਂ ਦੀ ਭੁਰਜੀ, ਜਾਂ ਐਂ ਕਰਦਾ ਅੰਡਿਆਂ ਦੀ ਭੁਰਜੀ ਬਣਾ ਕੇ ਖਵਾ ਦਿੰਦਾ। ਹੈਨਾ ਰੈਸਟੋਰੈਂਟ 'ਚ ਆਇਆ ਸੀਗਾ ਨਾ ਉਹ। ਹੁਣ ਮੈਨੂੰ ਐਂ ਦੱਸੋ ਵੀ ਇਹਦਾ ਹੱਲ ਹੁਣ ਕੀ ਨਿਕਲੂ? ਓਏ ਹੱਲ ਤਾਂ ਕੀ ਹੈ, ਤੁਸੀਂ ਤਾਂ ਆਪਦੀ ਭਕਾਈ ਮਾਰੀ ਜਾਂਦੇ ਹੋ। ਮੈਨੂੰ ਪਤਾ ਕਿੰਨੀ ਟੈਨਸ਼ਨ ਹੈ, ਜੇ ਮੈਡਮ ਨੂੰ ਐਂ ਪਤਾ ਲੱਗ ਗਿਆ ਨਾ ਵੀ ਉਹਨਾਂ ਕੋਲੋਂ ਨਿਕਲ ਗਿਆ ਸਰਪੰਚ, ਤਾਂ ਮੈਡਮ ਨੇ ਪਹਿਲਾਂ ਆਪਾਂ ਨੂੰ ਚੁਕਾ ਦੇਣਾ। ਆਹੋ ਮੈਨੂੰ ਕਾਹਨੂੰ ਟੈਨਸ਼ਨ ਹੈਗੀ, ਹੋਰ ਸਾਰਾ ਪੰਗਾ ਤਾਂ ਮੇਰੀ, ਕਿਉਂਕਿ ਉਧਰੋਂ ਹੁਣ ਸਰਪੰਚ ਨੇ ਬੰਦੇ ਲਾ ਦੇਣੇ ਆ ਵੀ ਕਿਵੇਂ ਨਾ ਕਿਵੇਂ ਦਾ ਵਰਦੀ ਵੀ ਟੈਨਸ਼ਨ ਜਾਗੀ। ਓਏ ਹੋਰ ਯਾਰ ਕਰਮ ਜੀ ਦਾ ਸੋਚ, ਮੈਂ ਕੀ ਜਵਾਬ ਦੇਊਂਗਾ ਮੈਡਮ ਨੂੰ ਯਾਰ, ਪੰਗਾ ਪਤਾ ਤੁਸੀਂ ਤਾਂ, ਕਿਉਂਕਿ ਹੁਣ ਤੱਕ ਉਹਨੇ ਪੈਸੇ ਸਾਰੇ ਖਵਾਤੇ ਆਪਾਂ ਨੂੰ। ਤੇ ਰਹਿੰਦਾ ਖੁੰਦਾ ਤੂੰ ਐਂ ਦੱਸੀ ਬੈਠਾ ਮੈਂ ਨਾਲ ਵਾਲੇ, ਹੁਣ ਸਾਰੀ ਗੱਲ ਮੇਰੇ 'ਤੇ ਫੇਰ ਆਉਣੀ ਆ। ਤੈਨੂੰ ਤਾਂ ਕਹਿਣਗੇ ਕਹਿਣਗੇ, ਮੈਨੂੰ ਜਿਹੜਾ ਖਿੱਚਣਗੇ ਉਹ ਵੱਖਾ। ਉਹ ਕੋਈ ਹੱਲ ਲੱਭੋ ਆਪਾਂ ਇਹਦਾ, ਹੁਣ ਕਿਵੇਂ ਨਾ ਕਿਵੇਂ ਨਾ ਸਰਪੰਚ ਨੂੰ ਪਾਸੇ ਕਰ ਦਈਏ। ਸਹੀ ਗੱਲ ਆ। ਹੋਰ ਹੁਣ ਦੇਖ, ਹੁਣ ਆਹ ਗੱਲ ਵਰਤਾ ਪਤਾ ਲੱਗ ਗਿਆ ਹਨਾ, ਆਪਾਂ ਵੀ ਤਿੰਨੇ ਇਕੱਠੇ ਆ। ਹਾਂ ਦੇਖ ਹੁਣ ਮੇਰੇ 'ਤੇ, ਕਿਉਂ ਹੁਣ ਉਹ ਕੱਚੇ ਪੈਰੀ ਉਹ ਛੱਡਦਾ ਤਾਂ ਹੈ ਨਹੀਂ ਹੁਣ, ਨਾ ਉਹ ਟਿਕਣ ਵਾਲਾ ਬੰਦਾ ਹੈ। ਮੈਨੂੰ ਕਹਿਣਾ ਸੀ, ਕਹਿੰਦਾ ਮੈਂ ਤੁਹਾਨੂੰ ਵੇਖੂ ਸੀ ਡਰਾਮ ਕਰਮਜੀਤ ਨੂੰ, ਤੈਨੂੰ ਕਹਿੰਦਾ ਮੈਂ ਕੋਈ ਨੰਬਰ। ਇੱਕ ਗੱਲ ਹੈਗੀ ਆ, ਉਹ ਸਾਰਿਆਂ ਅੱਗੇ ਤੇਰੇ ਪੰਗੇ ਪਾਏ ਨੇ, ਤੂੰ ਨਾਮ ਕਿਉਂ ਲਈ ਗਿਆ ਬਾਈ? ਉਹਦੀ ਬੇਹੋਸ਼ ਸੀ, ਉਹ ਮੈਨੂੰ ਐ ਵੀ ਬੇਹੋਸ਼ ਹੈ। ਚੱਲ ਛੱਡ ਗਿਆ, ਦਵਾਈ ਦਾ ਸੰਭਾਈ ਸੀ ਮੈਂ। ਚੱਲ ਚੰਗਾ ਉਹ ਚੁੱਪ ਕਰ, ਕੰਮ ਦੀ ਗੱਲ ਕਰ ਲੈਂਦੇ ਕੋਈ। ਮੈਂ ਕਹਿੰਦਾ ਸੀਗਾ ਵੀ ਹੁਣ ਦੇਖ ਆਪਣੇ ਤੇ ਸ਼ੱਕ ਤੈਨੂੰ ਤਿੰਨਾਂ ਨੂੰ ਹੋ ਗਿਆ ਹਨਾ, ਹੁਣ ਆਏ ਨੇ ਨਾ ਸਹਿਮ ਜੂਗਾ ਉਹ, ਲੱਗਦਾ ਮੇਰੇ ਤੇ ਕਾਰਵਾਈ ਤੇ ਨਹੀਂ ਕਰਦਾ ਕੋਈ। ਕਾਰਵਾਈ ਉਹ ਛੱਡਦਾ ਹੀ ਨਹੀਂ, ਉਹ ਬਹੁਤ ਹਲਕੇ 'ਚ ਨਹੀਂ ਲੈਂਦਾ ਕਿਸੇ ਨੂੰ ਵੀ। ਉਹ ਐਂ ਆ ਯਾਰ, ਇੱਕ ਵਾਰ ਮਹੀਨਾ ਜਿਹਾ ਟੱਪ ਜੇ ਨਾ, ਮਹੀਨੇ ਦੇ ਵਿੱਚ ਵਿੱਚ ਮੈਂ ਇਹ ਪਰਚਾ ਜਾਂ ਕਿਸੇ ਹੋਰ 'ਤੇ ਪਾ ਕੇ ਅੰਦਰ ਕਰਕੇ ਸਿੱਟ ਦੂੰ, ਮੈਂ ਤਾਂ ਆਪਦੀ ਜਾਨ ਬਚਾਵਾਂ। ਹਾਂ ਕੁਛ ਨਾ ਕੁਛ ਚੱਕਰ ਪਾਓ ਜੀ, ਪਰ ਸਾਡੀ ਵੀ ਜਾਨ ਟਾਈਮ ਮੈਨੂੰ ਫੇਰ ਹੀ ਆ, ਐਂ ਨਹੀਂ ਪਤਾ ਕਿ ਨਾ ਕਿਤੇ ਮੇਰੀ ਵਰਦੀ ਨੂੰ ਰਿਸਕ ਪੈ ਜੇ ਹੁਣ। ਉਹ ਤਾਂ ਪਊਗਾ, ਪਰ ਆਪਾਂ ਨੂੰ ਕੋਈ ਨਾ ਕੋਈ ਛੇਤੀ ਹੱਲ ਲੱਭਣਾ ਪਊ। ਜੇ ਉਹ ਪਹਿਲਾਂ ਕੰਮ ਕਰ ਗਿਆ ਨਾ ਆਪਣੇ ਤੋਂ, ਆਪਣਾ ਕੁਛ ਨਹੀਂ ਪੱਟੀਦਾ। ਸਹੀ ਗੱਲ ਹੈ। ਨਾ ਨਾ ਆਪਾਂ ਤਾਂ ਦੋ ਕਦਮ ਅੱਗੇ ਚੱਲਦੇ ਹਾਂ ਅਤੇ ਅੱਗੇ ਹੀ ਚੱਲਾਂਗੇ, ਟੈਨਸ਼ਨ ਨਾ ਲੈ। ਹੁਣ ਤੱਕ ਆਪਣਾ ਕੁਛ ਨਹੀਂ ਕਰ ਸਕਿਆ, ਉਹ ਕੀ ਕਰ ਸਕਿਆ, ਕੁਛ ਵੀ ਨਹੀਂ ਵਿਗਾੜ ਸਕਿਆ। ਆਏ ਵਾਰ ਆਪਾਂ ਉੱਤੇ ਲੱਗ ਲਿਆ ਰਾਤਾਂ। ਇਹ ਤਾਂ ਗੱਲ ਠੀਕ ਹੈ, ਪਰ ਪਹਿਲਾਂ ਵੀ ਉਹਨੂੰ ਆਪਣੀ CID ਜਾਂਦੀ ਹੈ ਕਿਵੇਂ ਨਾ ਕਿਵੇਂ। ਸਹੀ ਗੱਲ ਹੈ, ਕਿਉਂਕਿ ਆਪਣੀ ਟੀਮ 'ਚ ਹਰ ਗਦਾਰੀ ਕਰਦਾ ਕੋਈ ਨਾ ਕੋਈ ਬੰਦਾ। ਸਹੀ ਗੱਲ, ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਆਪਾਂ ਨੂੰ ਹੁਣ ਸਰਪੰਚ ਦਾ ਹੱਲ ਕਰਨਾ ਪਊ ਕਿਵੇਂ ਨਾ ਕਿਵੇਂ, ਕਿਉਂਕਿ ਹੁਣ ਤੁਹਾਡੇ ਘਰੇ ਆਪਾਂ ਕਿੰਨਾ ਕੁ ਚਿਰ ਬੈਠੇ ਰਹਾਂਗੇ। ਤਾਂ ਹੈ ਠੀਕ ਹੈ, ਨਾਲੇ ਮੈਂ ਇੱਥੇ ਕਿੰਨਾ ਕੁ ਟਾਈਮ ਬੈਠਾ ਰਹੂੰਗਾ। ਹਾਂ ਨਾਲੇ ਜੇ ਰੀਤ ਨੂੰ ਪਤਾ ਲੱਗ ਗਿਆ ਉਹਨੇ ਫਿਰ ਤੁਹਾਡੇ 'ਤੇ ਸ਼ੱਕ ਕਰ ਲੈਣਾ। ਨਾਲੇ ਇੱਕ ਗੱਲ ਹੋਰ ਆ, ਹਾਂ ਐਂ ਨਹੀਂ ਪਤਾ ਸੋਨੂੰ ਕਦੋਂ ਪੁਲਿਸ ਚੱਕ ਕੇ ਲੈ ਜੇ, ਹੈਨਾ। ਮੇਰੀ ਗੱਲ ਸੁਣੋ, ਘਬਰਾ ਜਾਓ ਨਾ ਜੇ ਕਿਤੇ ਪੁਲਿਸ ਪਰਸ ਲੈ ਗਈ, ਚੰਗਾ ਮੇਰਾ ਮੂਰਾ ਨਾ ਨਾ ਲੈ ਦਿਓ ਕਿਤੇ। ਉਹ ਨਹੀਂ ਲੈਂਦੇ, ਅਸਲ 'ਚ ਤਾਂ ਲੋੜ ਹੀ ਇੰਨੀ ਬਿਰਤਾ ਹੀ ਨਹੀਂ ਪੈਂਦੀ। ਸੱਚ ਇੱਕ ਹੋਰ ਗੱਲ ਆ, ਉਹ ਕੰਮ ਤਾਂ ਬਾਅਦ 'ਚ ਕਰਾਂਗੇ।
ਮੈਂ ਉਹ ਕੰਬਲੀ ਨੂੰ ਫੋਨ ਕੀਤਾ ਗਾ, ਇਹਨੂੰ ਰੋਟੀਆਂ ਖਵਾ ਪਹਿਲਾਂ। ਹਾਂ ਪਹਿਲਾਂ ਤਾਂ ਇਹਦਾ ਮੱਥਾ ਡੁੱਮਾ, ਚੱਲ ਓਏ ਹਾਂ ਚਲੋ ਇਹਨੂੰ, ਚੱਲ ਮੈਨੂੰ ਪਤਾ ਟਿਕਣ ਨਹੀਂ ਦੇਣਾ, ਭੁੱਖ ਲੱਗੀ ਰਹਿੰਦੀ ਹੈ ਇਹਨੂੰ, 5 ਕਿਲੋ ਤਾਂ ਕੀ ਮੂੰਗੀ ਕਰਤਾ ਪਿਓ ਇਹਨੇ। ਬਣਾ ਲਾ ਦਾਲ, ਫੇਰ ਰੱਜੂਗਾ ਇਹ। ਆਹੋ ਆਹ ਸਾਰੀਆਂ ਰੋਟੀਆਂ ਖਾ ਜਾਓ। ਓਏ ਹਾਂਜੀ ਆਂਟੀ ਆ ਜਾਓ, ਮੈਂ ਕਾਹਨੂੰ ਖਾਣੀ ਆ ਰੋਟੀ, ਕਿਸੇ ਹੋਰ ਨੇ ਖਾਣੀ ਆ। ਆ ਜਾਓ ਤੁਸੀਂ। ਕੀ ਹੋਇਆ, ਰੋ ਕਰ ਰਹੇ ਹੋ? ਨਾ ਰੋਵਾਂ ਨਾ ਤਾਂ ਹੋਰ ਕੀ ਕਰਾਂ, ਕਿਉਂ ਕੀ ਕਰ? ਸਾਰੀ ਗਲਤੀ ਨਾ ਤੁਹਾਡੀ ਆ, ਪਰਾਂ ਲੈ ਕੇ ਚੱਲ ਜਾਓ ਆਪਦੀ ਸ਼ਕਲ। ਇਹ ਸ਼ਕਲ ਪਰਾਂ ਲੈ ਕੇ ਚੱਲ ਜਾਓ, ਆਹੋ ਗਲਤ ਤਾਂ ਦੱਸ ਦੂ ਕੀ ਹੋਈ ਆ। ਗਲਤ ਇਹ ਪੁੱਛ ਗਏ ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ ਨਾ। ਜੇ ਦੱਸੋਗੇ ਫੇਰ ਹੀ ਪਤਾ ਲੱਗਣਾ, ਹੁਣ ਮੈਨੂੰ ਕੀ ਪਤਾ ਗਾ ਇੱਥੇ? ਜਦੋਂ ਸਰਪੰਚ ਚੰਗਾ ਭਲਾ ਸਾਈਨ ਕਰਨ ਆ ਰਿਹਾ ਸੀ, ਫੇ ਕੀ ਲੋੜ ਸੀਗੀ ਉਹਨੂੰ ਗਵਾਹ ਕਰਨ ਦੀ? ਅਗਵਾ ਕਰਨ ਦੀ? ਕਿਹਨੇ ਅਗਵਾ ਕਰ ਲਿਆ ਸਰਪੰਚ ਨੂੰ? ਹਾਂ ਕੁਛ ਕੀਤਾ ਹੀ ਨਹੀਂ। ਸਹੀ ਗੱਲ ਹੈ, ਤੁਹਾਡੀ ਵਜ੍ਹਾ ਨਾਲ ਨਾ ਮੈਂ ਆਪਣੇ ਬੱਚਿਆਂ ਨੂੰ ਅੱਜ ਮਿਲ ਨਹੀਂ ਸਕੀ, ਜਿਹੜੇ ਮੇਰੇ ਸਾਹਮਣੇ ਹੋ ਕੇ ਵੀ ਆਪਣੇ ਪਿਓ ਨੂੰ ਚਿੰਬੜ ਗਏ ਵੀ ਤੂੰ ਤਾਂ ਸਾਡੀ ਮਾਂ ਹੀ ਨਹੀਂ ਹੈਗੀ। ਮੇਰੀ ਵਜ੍ਹਾ ਨਾਲ? ਹਾਂ ਤੁਹਾਡੀ ਵਜ੍ਹਾ ਨਾਲ। ਇਹਦੇ 'ਚ ਮੇਰਾ ਕੀ ਕਸੂਰ ਆ? ਤੁਹਾਡਾ ਕਸੂਰ ਇਹ ਆ ਵੀ ਜਦੋਂ ਸਰਪੰਚ ਸਾਈਨ ਕਰਨਾ ਸੀ ਤੁਸੀਂ ਉਹਨੂੰ ਕਿਡਨੈਪ ਕੀਤਾ, ਤੁਸੀਂ ਕਰਮਜੀਤ ਨੇ ਤੇ ਉਹ ਜੱਗੇ ਨੇ, ਕਿਉਂ ਕੀਤਾ? ਠੀਕ ਆ, ਹੁਣ ਸਰਪੰਚ ਨੇ ਵੀ ਮੇਰੇ ਤੇ ਗੱਲ ਨਾ ਆਵੇ ਵੀ ਤੁਹਾਨੂੰ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਹੈਗਾ। ਸਰਪੰਚ ਨੇ ਬਣਾਇਆ ਬਹਾਨਾ ਵੀ ਇਹਨੂੰ ਮੈਂ ਘਰ ਕਿਹੜੇ ਹਿਸਾਬ ਨਾਲ ਕੱਢਾਂ, ਵੀ ਇਹਨੂੰ ਮੈਂ ਕਹਿ ਦਿੰਦਾ ਗਾ ਵੀ ਤੂੰ ਉਹਨਾਂ ਨਾਲ ਰਲੀ ਹੋਈ ਆ, ਘਸੀਟਾ ਰਾਮ ਵੀ ਕਰਮਜੀਤ ਨਾਲ ਰਲਿਆ ਹੋਇਆਗਾ, ਤੁਸੀਂ ਰਲ ਕੇ ਮੈਨੂੰ ਕਰਾ ਤਾ ਕਿਡਨੈਪ, ਆਇਆ ਹੋ ਆਪ ਖੁਦ ਨਹੀਂ ਹੈਗਾ, ਉਹ ਫਿਰ ਕੋਈ ਤਾਂ ਬਹਾਨਾ ਬਣਾਉਣਾ ਹੀ ਆ। ਤੁਸੀਂ ਸੱਚੇ ਨਹੀਂ ਕੁਛ ਕੀਤਾ? ਯਕੀਨ ਨਹੀਂ, ਨਹੀਂ ਉਹ ਮੈਂ ਸੱਚੀ ਨਹੀਂ ਕੀਤਾ ਹੈਗਾ, ਨਾਲੇ ਤੁਸੀਂ ਇਹ ਗੱਲ ਸੋਚ ਕੇ ਮਿਲ ਲਈ, ਮੈਂ ਵੀ ਸਾਰਾ ਘਰ ਖਰਾਬ ਕਰੀ ਬੈਠਾ, ਮੈਂ ਵੀ ਹੁਣ ਸੁਨੀਤਾ ਨੂੰ ਕੱਢੇ ਹੀ ਤਲਾਕ ਦਿੱਤੇ ਹੀ ਹੈ। ਤੁਸੀਂ ਤਲਾਕ ਦਿੱਤਾ ਪਰ ਮੇਰਾ ਤਾਂ ਕੁਛ ਨਹੀਂ ਨਾ ਹਜੇ ਇੱਥੇ। ਉਹ ਟੈਨਸ਼ਨ ਲਈ ਇਹਨੇ, ਮੈਂ ਸਭ ਕੁਝ ਛੋਡਾ ਹੀ ਆ, ਉਹ ਬਾਕੀ ਨਾਲੇ ਉਹ ਤਾਂ ਬਹਾਨੇ ਕੱਢ ਬੰਦਾ, ਉਹਦਾ ਮਿੰਟ ਮਾਰਦਾ। ਤੁਹਾਨੂੰ ਪਤਾ ਉਹਨੇ ਮੈਨੂੰ ਘਰੋਂ ਧੱਕੇ ਮਾਰ ਮਾਰ ਕੇ ਕੱਢਿਆ, ਨਾਲੇ ਥੱਪੜ ਮਾਰੇ ਜਿਹੜੇ ਉਹ ਅਲੱਗ। ਤੇ ਤੁਹਾਨੂੰ ਕਿਹਾ ਕਿ ਨਹੀਂ ਸੀ ਉੱਥੇ ਜਾਣ ਨੂੰ? ਤੁਹਾਨੂੰ ਮੈਂ ਦੱਸ ਕੇ ਤਾਂ ਗਈ ਸੀ ਵੀ ਬੱਚਿਆਂ ਨੂੰ ਮਿਲਣ ਨੂੰ ਦਿਲ ਕਰਦਾ ਹੈ। ਮਿਲਣ ਨੂੰ ਦਿਲ ਕਰਦਾ? ਮੈਨੂੰ ਤਾਂ ਐਂ ਸੀ ਕਿਤੇ ਬਾਹਰ ਬੂਰ ਬੁਲਾ ਕੇ ਤੁਸੀਂ ਮਿਲ ਕੇ ਆ ਜਾਓਗੇ, ਮੈਨੂੰ ਕੀ ਪਤਾ ਸੀ ਤੁਸੀਂ ਉਹਨਾਂ ਦੇ ਘਰੇ ਵਗ ਜਾਓਗੇ। ਉਹਨਾਂ ਦਾ ਨਹੀਂ, ਹਜੇ ਉਹ ਮੇਰਾ ਘਰ ਆ, ਉਹ ਕਹੀ ਤਾਂ ਜਾਂਦਾ ਮੈਂ ਤਾਂ ਸਾਈਨ ਕਰਿਆ ਐਂ ਕਰਿਆ ਤਲਾਕ ਲਿਆ ਬਾਹ ਲਿਆ, ਜਦੋਂ ਤਲਾਕ ਹੋਏ ਨਹੀਂ। ਘਰ ਛੋਡੇ ਨਾ, ਜਦੋਂ ਮੈਂ ਇੱਥੇ ਵਿਆਹ ਕੇ ਚਲੇ ਗਈ ਘਰ ਮੇਰਾ ਹੋਇਆ ਹੀ ਨਾ। ਹਾਂ ਇਹ ਤਾਂ ਹੈ, ਮੈਂ ਕਿਤੇ ਤੁਹਾਡੇ ਨਾਮ ਨੂੰ ਫਿਰ ਤਾਂ ਵੇਚ ਵੁਚ ਵੀ ਦਿੰਦੇ ਨਾ, ਮੈਂ ਕਈ ਵਾਰ ਹੋਇਆ ਨਹੀਂ, ਮੈਂ ਹੱਕ ਹੁੱਕ ਵੀ ਹੁੰਦਾ ਫਿਰ ਤਾਂ ਹੱਕ ਦਵਾ ਆਉਂਦੇ ਆਪਾਂ, ਗੱਲ ਤਾਂ ਐਵੇਂ ਮੈਨੂੰ ਨਾ ਇਹੋ ਜਿਹੇ ਹੱਕ ਦੀ ਲੋੜ ਨਹੀਂ। ਰੌਲਾ ਤਾਂ ਗੱਲ ਦਾ ਇਹੀ ਆ, ਇੱਥੇ ਨਾ ਕੋਈ ਉਹਦੇ ਹੱਕਾਂ 'ਤੇ ਨਹੀਂ ਖੜਦਾ ਹੈਗਾ, ਤਾਂ ਹੀ ਉਹ ਧੱਕੇ ਖਾਂਦੇ ਨੇ। ਹੁਣ ਮੇਰਾ ਦੇਖੋ, ਅਸੀਂ ਆਪਾਂ ਉਹਦੀ ਹੱਕ ਦੀ ਕਮਾਈ ਖਾਂਦੇ ਹਾਂ, ਆਪਦੇ ਹੱਕਾਂ 'ਤੇ ਖੜੇ ਹਾਂ, ਕਿਸੇ ਦਾ ਮਾੜਾ ਨਹੀਂ ਕਰਨਾ, ਕਿਸੇ ਬਾਰੇ ਮਾੜਾ ਸੋਚਣਾ ਨਹੀਂ ਹੈਗਾ, ਤਾਂ ਕਰਕੇ ਆਪ ਜ਼ਬਰਦੀ ਵੀ ਪਾਈ ਆ ਅਤੇ ਆਪ ਘਰ ਦੇ ਮਾਲਕ ਹਾਂ। ਪਰ ਇੱਕ ਗੱਲ ਤਾਂ ਹੈਗੀ ਆ, ਸਰਪੰਚ ਨੇ ਨਾ ਮੇਰੇ ਮਾਰ ਤਾਂ ਦਿੱਤਾ, ਉਹਨੂੰ ਇਹ ਨਹੀਂ ਪਤਾ ਤੂੰ ਪੁਲਿਸ ਵਾਲੇ ਨਾਲ ਨਾ ਦੋਸਤੀ ਵੀ ਮਾੜੀ ਆ ਅਤੇ ਦੁਸ਼ਮਣੀ ਵੀ। ਮਾੜੀ ਨਹੀਂ, ਕੁੱਤੀ ਜੀ ਕਹਿ ਇਹ ਕਿਹਾ ਕਰੋ, ਐਂ ਕਹਿ ਲਓ ਫਿਰ। ਜਿੰਨਾ ਉਹ ਹੁਣ ਚਲਾਕ ਆ ਨਾ, ਉਹ ਤੋਂ ਕਈ ਗੁਣਾ ਮੈਨੂੰ ਚਲਾਕ ਬਣਨਾ ਪੈਣਾ, ਸ਼ਾਇਦ ਮੈਂ ਅਜੇ ਤੱਕ ਭੋਲੀ ਹੋਈ ਸੀਗੀ, ਜਿਹੜਾ ਐਂ ਸਮਝੇਗੀ ਵੀ ਨਹੀਂ ਮੈਂ ਉਹਨੂੰ ਪਿਆਰ ਕਰਦੀ ਹਾਂ ਪਿਆਰ ਕਰਦੀ ਹਾਂ, ਪਰ ਉਹਨੂੰ ਤਾਂ ਪਿਆਰ ਨਾਮ ਦੀ ਚੀਜ਼ ਪਤਾ ਹੀ ਨਹੀਂ ਪਿਆਰ ਹੁੰਦਾ ਕੀ ਆ। ਕੋਈ ਆਪਦੀ ਘਰ ਵਾਲੀ ਨੂੰ ਐਵੇਂ ਧੱਕੇ ਮਾਰ ਕੇ ਬਾਹਰ ਕੱਢਦਾ, ਉਹ ਵੀ ਕਿਸੇ ਹੋਰ ਜਨਾਨੀ ਪਿੱਛੇ ਲੱਗ ਕੇ। ਗੱਲ ਤਾਂ ਉਹੀ ਆ, ਕਹਿੰਦੇ ਹੁੰਦੇ ਆ ਵੀ ਲੰਗੂਰ ਕੀ ਜਾਣੇ ਅਦਰਕ ਦਾ ਸਵਾਰ, ਬਹੁਤ ਇੱਜ਼ਤ ਕਰ ਲਈ ਉਹ ਬੰਦੇ ਦੀ, ਹੋਰ ਨਹੀਂ ਮੇਤੋਂ ਹੁੰਦੀ। ਚੱਲ ਹੁਣ ਇਹਨੇ ਰਨਾਲ ਤਾਂ ਰਲਾ ਹੀ ਦਿੱਤਾ ਮੈਨੂੰ ਕਰਮਜੀਤ ਵਰਗਿਆਂ ਨੇ, ਮੈਂ ਇੱਕ ਗੱਲ ਸੋਚਦਾ ਸੀਗਾ ਜੇ ਹੁਣ ਆਪਾਂ ਸੋਚੋ ਨਾ ਕੁਛ ਕਰੋ, ਜਿਹੜੇ ਉਹਨੇ ਮੇਰੇ ਥੱਪੜ ਮਾਰੇ ਨਾ
ਮੈਂ ਉਹਨਾਂ ਦਾ ਬਦਲਾ ਲੈਣਾ ਜੇ ਮੈਨੂੰ ਮੂੰਹ ਨਾਲ ਕੁਛ ਵੀ ਬੋਲ ਪੈਂਦੇ ਉਹ ਮੈਂ ਬਰਦਾਸ਼ਤ ਕਰ ਲੈਂਦੀ ਪਰ ਮੈਨੂੰ ਕੁੱਟ ਨਹੀਂ ਬਰਦਾਸ਼ਤ ਹੁੰਦੀ ਹੈਗੀ ਕੋਈ ਨਾ ਕੋਈ ਨਾ ਤੇ ਹਿੰਮਤ ਕਿਵੇਂ ਹੋਈ ਮੇਰੇ ਹੱਥ ਲਾਉਣ ਦੀ ਉਹ ਵੀ ਝੂਠਾ ਹੋ ਕੇ ਹਾਂ ਮੇਨ ਗੱਲ ਆਹੀ ਆ ਮੈਨੂੰ ਦੁੱਖ ਇਸੇ ਗੱਲ ਦਾ ਚੱਲ ਜੇ ਆਪਾਂ ਕਿਡਨੈਪ ਕੀਤਾ ਹੁੰਦਾ ਆਪਾਂ ਵਿੱਚ ਆਪਣਾ ਹੱਥ ਹੁੰਦਾ ਨਾਲੇ ਚੋਰ ਨਾਲੇ ਚਤਰਾਈਆਂ ਆਪ ਹੀ ਕਿਤੇ ਲੁੱਕ ਛਿਪ ਕੇ ਨਾਲੇ ਤੁਹਾਨੂੰ ਬਦਨਾਮ ਕਰ ਰਿਹਾ ਨਾਲੇ ਮੇਰੇ ਮਾਰਦਾ ਸੀ ਹੱਦ ਹੋ ਗਈ ਉਹਦੇ ਵਾਲੀ ਹੋਰ ਕਿਸੇ ਨੂੰ ਤਾਂ ਕਹੀ ਜਾਵੇ ਆਹ ਚਿੱਟੀ ਚਾਦਰ ਤੇ ਕੋ ਦਾਗ ਲਾ ਰਿਹਾ ਹੈ ਆਪਣੇ ਦਾ ਮਤਲਬ ਆਪਾਂ ਬਿਲਕੁਲ ਚਿੱਟੀ ਚਾਦਰ ਆ ਉਹਦੇ ਉੱਤੇ ਦਾਗ ਨਹੀਂ ਲਾਇਆ ਉਹਨੇ ਚਿੱਕੜ ਦੀ ਬਾਲਟੀ ਮਾਰੀ ਸਹੀ ਗੱਲ ਆ ਆਪਾਂ ਨੂੰ ਬਦਨਾਮ ਕਰੀ ਜਾਂਦਾ ਪਰ ਆਪਦਾ ਨਾਂ ਉਹਨੇ ਇੰਨਾ ਕਿ ਵੀ ਨਹੀਂ ਲਿਆ ਵੀ ਹਾਂ ਮੈਂ ਵੀ ਕਿਸੇ ਨੂੰ ਘਰੇ ਰੱਖਿਆ ਹੋਇਆ ਬਹੁਤ ਹੋ ਗਿਆ ਹੁਣ ਟੈਨਸ਼ਨ ਨਾ ਲੈ ਹੁਣ ਜਿਹੜੇ ਨੇ ਕਹੀ ਦਿੰਦਾ ਨਾ ਆਪਾਂ ਕਰਮਜੀਤ ਵਰਗੇ ਨਾਲ ਰਲੇ ਹੋਏ ਹਾਂ ਬਸ ਫਿਰ ਹੁਣ ਇਹਨੂੰ ਆਪਾਂ ਦਿਖਾਵਾਂਗੇ ਵੀ ਕਰਕੇ ਮੈਂ ਕਰਮਜੀਤ ਵਰਗੇ ਨਾਲ ਕਰਦਾ ਗੱਲ ਤੁਸੀਂ ਜਾਣ ਨੰਬਰ ਨੰਬਰ ਹੈਗਾ ਤੁਹਾਡੇ ਕੋਲ ਉਹਦਾ ਕਿਹਨਾਂ ਦਾ ਕਰਮਜੀਤ ਦਾ ਮੈਂ ਰਿਚਾਰਜ ਕਰਦਾ ਰਿਹਾ ਨਾ ਉਹਨਾਂ ਦਾ ਤਾਂ ਉਹ ਨੰਬਰ ਤਾਂ ਲੈ ਲਾਂਗੇ ਹੋਰ ਦੱਸ ਮੇਰੀ ਮਸ਼ੂਕ ਆਹੋ ਮੈਂ ਇਹਦਾ ਰਿਚਾਰਜ ਕਰਦਾ ਰਿਹਾ ਮੇਰੇ ਕੋਲ ਨੰਬਰ ਹੋਊਗਾ ਚਲੋ ਚੰਗਾ ਬਾਲੀ ਹਾਸੇ 'ਚ ਗੱਲ ਪਾਉਣ ਦੀ ਲੋੜ ਨਹੀਂ ਜਿਹੜਾ ਵੀ ਕੰਮ ਕਰਨਾ ਨਾ ਜਲਦੀ ਜਲਦੀ ਕਰੋ ਮੈਂ ਤਾਂ ਕਹਿੰਦੀ ਉਹਨਾਂ ਨੂੰ ਬੁਲਾ ਹੀ ਲਓ ਫਿਰ ਤੁਸੀਂ ਕੋਈ ਨਾ ਉਹ ਤਾਂ ਬੁਲਾ ਲਾਂਗੇ ਉਹ ਤਾਂ ਆਪਣੇ ਹੱਥ 'ਚ ਹੀ ਹੈਗਾ ਪਰ ਮੈਂ ਮੇਨ ਗੱਲ ਤਾਂ ਇਹ ਕਰਦਾ ਵੀ ਉਹ ਮਤਲਬ ਹੁਣ ਆਹੀ ਆ ਹੁਣ ਚੌਂਕੀ 'ਚ ਨੰਬਰ 100 ਵਾਰੀ ਤਾਂ ਲਿਖਿਆ ਉਹਦਾ ਨੰਬਰ ਚੱਕ ਲਾਂਗੇ ਕਰਮਜੀਤ ਤਾਂ ਵਿਚਾਰਾ ਇੱਥੇ ਆ ਇੱਕ ਗੱਲ ਹੋਰ ਹਾਂ ਸਰਪੰਚ ਐਂ ਕਹਿੰਦਾ ਸੀ ਵੀ ਜਿਹੜੀ ਵਰਦੀ ਜੀ ਪਾਈ ਹੈ ਨਾ ਇਹ ਬਾਲੇ ਦੇਣੀ ਬਸ 4 ਦਿਨਾਂ 'ਚ ਮੈਂ ਲਹਾ ਦੇਣੀ ਆ ਆਪਦੀ ਪਾਵਰ ਤੇ ਬਾਲਾ ਮਾਣ ਕਰਦਾ ਉਹ ਵੀ ਮੈਂ ਦੁਬਾਰੇ ਕਹਿੰਦਾ ਜਿਵੇਂ ਤੈਨੂੰ ਲਵਾ ਸਕਦਾ ਮੈਂ ਤੈਨੂੰ ਹਟਾ ਵੀ ਸਕਦਾ ਲੈ ਪਤਾ ਨਹੀਂ ਕਿਉਂ ਇੰਨੀਆਂ ਗੰਦੀਆਂ ਚਾਲਾਂ ਉਹਦੇ ਦਿਮਾਗ 'ਚ ਚੱਲੀ ਜਾਂਦੀਆਂ ਨੇ ਐਂ ਕਰਦਾ ਰਾਜਾ ਐਂ ਹਟਾ ਦੂਗਾ ਪ੍ਰੂਫ ਦੇ ਵੀ ਆਪਣੇ ਖਿਲਾਫ ਕੋਈ ਜਾਣਦਾ ਜਾਣ ਨਾਲੇ ਟੈਨਸ਼ਨ ਨਾ ਲਓ ਜਿੰਨਾ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਜਿੰਨਾ ਕਿ ਜਿੰਨਾ ਕੁ ਟਾਈਮ ਲੱਗਣਾ ਨਾ ਜੇ ਮੈਨੂੰ ਕੁਛ ਬਾਕੀ ਲਹਾ ਕਿਵੇਂ ਦੇਊਗਾ ਜੇ ਆਪਾਂ ਕੁਛ ਕੀਤਾ ਹੀ ਨਹੀਂਗਾ ਸਹੀ ਗੱਲ ਆ ਉਹਦੇ ਕੋਲ ਕਿਹੜਾ ਕੋਈ ਪ੍ਰੂਫ ਆ ਹਾਂ ਬਸ ਜੱਗਾ ਨਾ ਕਿਤੇ ਮੂੰਹ ਕੋਈ ਨਾ ਖੋਲਦਾ ਕੀ ਹੋਇਆ ਮੈਂ ਕਿਹਾ ਬੱਗੇ ਨੂੰ ਪੱਖੇ ਦਿਖਾਉਣੇ ਪੈਣਗੇ ਆਹ ਖਰਾਬ ਆ ਜਦੋਂ ਉਹਨੇ ਅੱਛਾ ਹੋਰ ਇੱਕ ਪੱਖਾ ਤਾਂ ਲੈ ਕੇ ਡਿੱਗ ਪਿਆ ਉਹ ਬੱਗੇ ਦੇ ਕਰਕੇ ਨਹੀਂ ਸਾਰਾ ਘਰ ਵਧੀਆ ਪੈ ਜਾਣਾ ਸੀਗਾ ਲੈ ਕੇ ਡਿੱਗ ਪਿਆ ਹੋਰ ਉਹ ਮਿਸਤਰੀ ਹੈ ਹੀ ਦੂਜਾ ਹੈ ਸੁਸਤ ਦਾ ਮਾਲ ਹੈਗਾ ਤੇ ਤੁਸੀਂ ਇਹੋ ਜਿਹੇ ਮਿਸਤਰੀ ਨੂੰ ਬੁਲਾਉਣੇ ਕਿਉਂ ਉਹ ਬਸ ਉਹ ਗਲਤੀ ਬੁਲਾਇਆ ਗਿਆ ਅੱਗੇ ਤੋਂ ਨਹੀਂ ਇਹੋ ਜਿਹਾ ਮਿਸਤਰੀ ਬੁਲਾਉਣਾ ਹੈਗਾ ਹੁਣ ਤਾਂ ਆਪ ਨੂੰ ਮਿਸਤਰੀ ਹੁਣ ਤਾਂ ਆਪਾਂ ਨੂੰ ਕੁਛ ਕਰਨਾ ਪੈਣਾ ਹਨਾ ਤੁਸੀਂ ਟੈਨਸ਼ਨ ਨਾ ਲਓ ਹੁਣ ਟੈਨਸ਼ਨ ਮੇਰਾ ਸਿਰ ਫਟ ਰਿਹਾ ਮੇਰਾ ਤਾਂ ਫਟ ਗਿਆ ਬਸ ਤੁਸੀਂ ਦੱਸਤਾ ਮੇਰਾ ਫਟ ਗਿਆ ਠੀਕ ਹੈ ਹੁਣ ਤੁਸੀਂ ਟੈਨਸ਼ਨ ਨਹੀਂ ਮੈਨੂੰ ਤਾਂ ਲੱਗਦਾ ਵੀ ਤੁਹਾਨੂੰ ਨਾ ਸੁਣ ਕੇ ਇੰਨਾ ਕੁ ਵੀ ਦੁੱਖ ਨਹੀਂ ਮਾੜਾ ਜਿਹਾ ਵੀ ਨੋ ਜਿੰਨਾ ਵੀ ਦੁੱਖ ਨਹੀਂ ਹੈਗਾ ਕਿਉਂ ਮੇਰੇ ਮਾਰਿਆ ਸੋਨੂੰ ਨਹੀਂ ਪਤਾ ਹੈਗਾ ਜਿਹੜੀ ਇਹ ਦੁਨੀਆ ਨਾ ਇਹਦੇ ਮੂਹਰੇ ਬਣ ਕੇ ਹੋਰ ਰਹੋ ਤੇ ਅੰਦਰ ਕੁਛ ਹੋਰ ਰੱਖੋ ਇੱਥੇ ਕੋਈ ਤਾਂ ਦੁੱਖ ਮੇ ਤੋਂ ਬਣਿਆ ਨਹੀਂ ਜਾਂਦਾ ਹਰੇਕ ਨੂੰ ਆਪਦਾ ਮੰਨ ਲੈਣੀ ਆ ਬਸ ਗੱਲ ਆਹੀ ਆ ਜੇ ਮੈਂ ਇੰਨੀ ਹੁਸ਼ਿਆਰ ਹੁੰਦੀ ਫਿਰ ਮੈਂ ਇੱਥੇ ਕਿਉਂ ਆਉਂਦੀ ਮੈਂ ਸੱਚੀ ਕਿਸੇ ਰਿਸ਼ਤੇਦਾਰੀ 'ਚ ਰਹਿਣ ਲੱਗ ਜਾਂਦੀ ਅੰਕਲ ਜੀ ਨਾਮ ਹੈਲੋ ਹਾਂ ਸੀਤਾ ਰਾਮ ਜੀ ਆ ਰਹੀ ਹੈ ਰੋਟੀ ਦਾ ਖਾ ਲਿਆ ਹੈ ਉਹ ਆ ਦਾ ਜੱਗਾ ਤਾਂ 40-45 ਰੋਟੀਆਂ ਖਾ ਲਿਆ ਹੈ ਢਾਬੇ ਵਾਲਾ ਕਹਿੰਦਾ ਬਸ ਕਰੋ ਕਹਿੰਦਾ ਹੋਰ ਨਹੀਂ ਵੀ ਖਾਣੀਆਂ ਨੇ ਅੱਛਾ ਹੋਰ ਹਜੇ ਵੀ ਆ ਗਈ ਬੋਲਸਾ ਹਾਂ ਹਾਂ ਸਮਝੇਗਾ ਅੱਛਾ ਫਿਰ ਚੱਲ ਫਿਰ ਤੂੰ ਆ ਇੱਥੇ ਕੋਈ ਕਿਵੇਂ ਹੁਣ ਤੇਰੇ ਤੇ ਦੁਬਾਰੇ ਕਰ ਦੇਣਗੇ ਤੂੰ ਆ ਮੇਰੇ ਕੋਲੇ ਆਪਾਂ ਕਰਦੇ ਆ ਗੱਲ ਅੱਛਾ ਹਾਂ 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 ਤਾਂ ਵੀ ਗੱਲ ਇਹਦਾ ਕਿਸੇ ਗੁਰਦੁਆਰੇ ਦੇ ਬਾਰੇ ਵਿੱਚ ਜਾਣਾ ਪਊਗਾ ਉੱਥੇ ਕੀ ਸਾਲ ਹੋਊ ਇਹ ਅੱਛਾ ਹੋਰ ਮੈਨੂੰ ਤਾਂ ਨਹੀਂ ਲੱਗਦਾ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਫਿਰ ਅਸੀਂ ਹਾਂ ਹਾਂ ਪਹੁੰਚੋ ਜਲਦੀ ਕੌਣ ਸੀ ਇਹ ਕਿਹੜੀਆਂ ਰੋਟੀਆਂ ਰੋਟੀਆਂ ਦੀ ਆਵਾਜ਼ ਆਈ ਹੈ ਮੈਨੂੰ ਨਾ ਸੋਟੀਆਂ ਹੈਗਾ
ਕਹਿੰਦਾ ਡਿਊਟੀਆਂ ਛੁੱਟੀਆਂ ਲੈ ਕੇ ਪੁਲਿਸ ਵਾਲੇ ਆ ਗਏ, ਕਹਿੰਦਾ ਮੇਰਾ ਤਾਂ ਕੇਸ 'ਚੋਂ ਨਿਕਲਿਆ ਹੋਇਆ ਕੰਮ ਸੀ। ਕੌਣ? ਉਹ ਹੈਗਾ ਉਹੀ ਸੀ ਕਰਮਜੀਤ ਸੀ। ਅੱਛਾ ਹਾਂ, ਤੁਹਾਨੂੰ ਪਤਾ ਜਦੋਂ ਕਿਸੇ ਨਿਹੱਥੇ ਜਾਂ ਮਜ਼ਦੂਰ ਮਜ਼ਬੂਰ ਬੰਦੇ 'ਤੇ ਡਾਂਗਾਂ ਪੈਂਦੀਆਂ ਨੇ ਉਦੋਂ ਕੀ ਮਸੀਹਾ ਯਾਦ ਆਉਂਦਾ ਸਾਰਿਆਂ ਦੇ ਘਸੀਟਾ ਰਹਾ। ਅਤੇ ਹੁਣ ਮੈਂ ਮਜ਼ਬੂਰ ਹਾਂ ਅਤੇ ਰਹਿੰਦੀ ਕਹਿੰਦੀ ਗੱਲ, ਫਿਰ ਮੈਂ ਉਹ ਕਹਿੰਦਾ ਫਿਰ ਐਂ ਤਾਂ ਕੇਸ ਹੱਲ ਨਹੀਂ ਹੋਣਾ, ਮੈਂ ਤੁਸੀਂ ਗੁਰਦੁਆਰੇ ਤੋਂ ਤੁਰ ਪਓ, ਐਂ ਕਿਹਾ ਸੀ ਮੈਂ ਤਾਂ ਗੁਰਦੁਆਰੇ ਦਾ ਮਸਲਾ ਹੱਲ ਹੋਣਾ। ਉਹ ਯਾਰ ਆ ਗਿਆ, ਓਏ ਉਹ ਇੱਧਰ ਹੋ ਜਾ, ਇੱਧਰ ਹੋ ਜਾ ਮਾੜਾ ਜਾ, ਦੇਖ ਲੈਣ ਦੇ ਬਾਅਦ ਕਹਿੰਦਾ ਆਉਂਦਾ ਤਾਂ ਨਹੀਂ ਕੋਈ, ਆ ਕੇ ਬਹਿ ਜਾਓ। ਬੈਠੇ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਛਾਣਿਆ ਜੀ? ਹਾਂਜੀ ਪਛਾਣ ਲਿਆ। ਇਹ ਕੀ ਕਹੀ ਜਾਂਦਾ ਸੀਗਾ, ਨਜ਼ਾਰਾ ਆ ਗਿਆ ਰੋਟੀਆਂ ਖਾ ਕੇ? ਓਏ ਇਹ ਚੋਰੀ ਚਕਾਰੀ ਕਰਦਾ, ਇਹਦੇ ਦੋ ਸੋਟੀਆਂ ਮਾਰੀਆਂ, ਕਹਿੰਦਾ ਨਜ਼ਾਰਾ ਨਹੀਂ ਆਇਆ ਸੋਟੀਆਂ ਖਾ ਕੇ, ਇਹ ਸੋਟੀਆਂ ਖਾਂਦਾ 10 ਵੀ ਘੱਟੋ ਘੱਟ। ਬਸ ਕਿਉਂ ਜੱਗੇ? ਬਸ ਕਰੋ ਭਾਈ, ਖਾਣਾ ਨਜ਼ਾਰਾ ਆ ਗਿਆ ਨਾ ਸੋਟੀਆਂ ਖਾ ਕੇ। ਪਤਾ ਨਹੀਂ ਤਾਂ ਮੇਰੀ ਕੰਨ ਬੋਲੇ ਆ, ਪਤਾ ਨਹੀਂ ਤਾਂ ਤੁਸੀਂ। ਨਹੀਂ ਨਹੀਂ ਕੰਨ ਕੁੰਨ ਤਾਂ ਬੋਲੇ ਕੀ ਜੇ ਹੋਣੇ ਆ, ਕਿਉਂ ਕਰਮਜੀਤ ਦਾ ਹਾਂ ਨਾ ਸੀ ਸੈੱਟ ਆ ਬੰਦਾ ਤਾਂ ਉਹ, ਹਾਂ ਹਾਂ ਠੀਕ ਹੈ, ਸੋਟੀਆਂ ਮਾਰਨ ਵਾਲਾ ਓਕੇ ਹੈ ਜੀ। ਮੈਨੂੰ ਤਾਂ ਕਿਤੇ ਤੰਦੂਰ ਤੰਦਾਰ ਚ ਲੱਗਿਆ, 40-45 ਨੇ, ਹੋਰ ਤਾਂ ਕੀ ਹੈ ਜਗਿਆ। ਹਾਂ ਸਹੀ ਗੱਲ ਹੈ, ਸਹੀ ਹੈ ਜੀ। ਉਹ ਹੰਬ ਗਿਆ ਦੂਜੇ ਨੇ ਲਾਈਆਂ, ਫਿਰ ਕਹਿੰਦਾ ਬਈ ਮੈਂ ਤਾਂ ਥੱਕ ਗਿਆ। ਉਹ ਫਿਰ ਆਇਆ ਨਾ, ਕਿੰਨੀ ਕਪੈਸਿਟੀ ਹੁੰਦੀ ਬੰਦੇ ਦੀ, ਵੱਧ ਤੋਂ ਵੱਧ 10 ਡਾਂਗਾ ਮਾਰੂ। ਜਾ ਜਾ ਇਹਨੂੰ ਕੁੱਟਣਾ, ਜਾ ਜਾ ਸਾਹਣ ਕੁੱਟ ਲਿਆ, ਹੁਣ ਅਗਲਾ ਕੀ ਕਰੇ। ਮੈਨੂੰ ਲੱਗਦਾ ਨਾ ਮੈਂਟਲੀ ਅਪਸੈਟ ਆ ਨਾ। ਨਾ ਨਾ ਮੈਂਟਲੀ ਅਪਸੈਟ ਨਹੀਂ, ਉਹ ਕਮਲਾ ਥੋੜਾ ਜਾ। ਹਾਂ ਹਾਂ ਮੈਡਮ ਨੂੰ ਤਾਂ ਪਤਾ ਹੀ ਆ, ਅੱਗੇ ਜਨਮ ਦਿਨ ਆ ਰਿਹਾ, ਮੈਨੂੰ ਪਤਾ ਮੈਡਮ ਨੂੰ। ਠੀਕ ਹੈ। ਤੁਹਾਨੂੰ ਕੀ ਪਤਾ? ਕਿਵੇਂ? ਉਹ ਤਾਂ ਐਂ ਕਹਿੰਦੇ, ਕਹਿੰਦਾ ਮੈਡਮ ਨੂੰ ਪਤਾ ਵੀ ਜਨਮ ਦਿਨ ਤੁਹਾਡਾ ਅੱਗੇ। ਮੈਂ ਕਿਹਾ ਹਾਂ ਉਹ ਮੈਡਮ ਨੂੰ ਤਾਂ ਪਤਾ ਹੀ ਹੈ, ਮੈਂ ਦੱਸਤਾ ਜੀ ਸਾਰਾ ਕੁਛ, ਪਤਾ ਕਰਮਜੀਤ। ਅਤੇ ਗੱਲ ਐਵੇਂ ਸੀ ਯਾਰ, ਹੁਣ ਤੂੰ ਤਾਂ ਸੁਧਰ ਗਿਆ ਹੈ ਨਾ ਜਮਾਂ? ਮੈਂ ਤਾਂ ਸੁਧਰ ਗਿਆ ਜੀ। ਗੁਰਦੁਆਰੇ ਜਾਣਾ? ਹਾਂ ਜੀ ਹਾਂ। ਲਾਉਣਾ ਝਾੜੂ ਪੋਚਾ? ਬਿਲਕੁਲ ਜੀ। ਇਹਦਾ ਮਤਲਬ ਸਾਫ਼ ਹਾਂ ਜਮਾਂ ਇੰਗਲਿਸ਼ ਦੀ ਕਾਪੀ? ਬਿਲਕੁਲ ਸਾਫ਼ ਹਾਂ ਅਸੀਂ ਤਾਂ ਹੁਣ। ਬਸ ਠੀਕ ਆ। ਅਤੇ ਹੁਣ ਸੇਵਾ ਕਰੀ ਦੀ ਹੈ ਬਸ, ਇੱਕ ਥੋੜ੍ਹੀ ਸੇਵਾ ਹੋਰ ਲਾਉਣੀ ਸੀ ਤੇਰੀ। ਲਾਓ ਜੀ ਲਾਓ, ਅਸੀਂ ਤਾਂ ਹੁਕਮ ਭਾਲਦੇ ਹਾਂ ਜੀ ਤੁਹਾਡਾ। ਤੂੰ ਪਹਿਲਾਂ ਇੱਧਰ ਮੇਰੇ ਕਿਨੀ ਦੇਖ, ਮੇਰੇ ਜਿੰਨਾ ਸਾਫ਼ ਬੰਦਾ ਕੋਈ ਹੈਗਾ ਇੱਥੇ? ਨਾ ਜੀ ਨਾ, ਸਾਨੂੰ ਤਾਂ ਹੁਣ ਪਤਾ ਲੱਗਿਆ ਤੇਰੀ ਕਿਹੜੀ ਗੱਲ ਹੈ ਜੀ। ਪੂਰੇ ਏਰੀਏ 'ਚ ਆਪਣੀ ਝੰਡੀ ਹੈ ਪੂਰੀ ਜੀ, ਪੂਰੀ ਹੈਗੀ ਹੈ ਕਿ ਨਾ? ਆਖਣ ਦੀ ਲੋੜ ਹੀ ਨਹੀਂ ਜੀ, ਬਾਕੀ ਅਸੀਂ ਚਲਾ ਲਾਂਗੇ। ਹਾਂ ਸਹੀ ਗੱਲ ਹੈ। ਇਹ ਤੁਹਾਡੀ ਬੇਇੱਜ਼ਤੀ ਕਰਦੇ ਨੇ ਕਿ ਤੁਹਾਡੀ ਇੱਜ਼ਤ ਕਰਦੇ ਪਏ ਆ? ਇਹ ਉਹੀ ਕਰਦੇ ਨੇ। ਤੇ ਮੇਰੀ ਗੱਲ ਸੁਣੋ, ਕੰਮ ਦੀ ਗੱਲ ਕਰਦੇ ਆਪਾਂ। ਹਾਂਜੀ। ਸਰਪੰਚ ਨੇ ਲਾਤਾ ਮੇਰੇ ਤੇ ਇਲਜ਼ਾਮ। ਹੈ ਕੀ ਇਲਜ਼ਾਮ ਲਾਤਾ? ਕਹਿੰਦੇ ਹੁੰਦੇ ਵੀ ਆਪਦੀ ਪੀੜ੍ਹੀ ਥੱਲੇ ਤੇਲਾ ਸੋਟਾ ਮਾਰਦਾ ਨਹੀਂ, ਹਾਂ ਦੂਜੇ ਬੰਦੇ ਨੂੰ ਜਰਕਦੇ ਨੇ ਕਹਿਣ ਦਾ। ਅੱਛਾ। ਸਰਪੰਚ ਧੋਖਾ ਕਰੀ ਜਾਂਦਾ ਸੀ ਮੈਡਮ ਨਾਲ, ਵਿਚਾਰੀ ਨੂੰ ਤਲਾਕ ਦੇਣ ਤੱਕ ਮਿਲਿਆ ਪਿਆ। ਹੋਰ ਕਿਸੇ ਨਾਲ ਕਰਾਉਣਾ ਹੋਣਾ ਵਿਆਹ, ਤੈਨੂੰ ਪਤਾ ਤਾਂ ਹੈਗਾ ਮੂੰਗੀ ਦੀ ਨਾਲ ਕਿੰਨਾ ਕੁ ਟਾਈਮ ਖਾਊ ਅਗਲਾ। ਅਤੇ ਹੁਣ ਤਾਂ ਲਾਤਾ ਇਲਜ਼ਾਮ, ਕਹਿੰਦਾ ਵੀ ਮੈਨੂੰ ਤੈਨੂੰ ਮੈਨੂੰ ਘਸੀਟੇ ਆਰਾਮ ਨੇ ਕਿਡਨੈਪ ਕਰ ਲਿਆ। ਮੈਂ ਤਾਂ ਐਵੇਂ ਕਹਿੰਦਾ ਮੇਰਾ ਤਾਂ ਦਿਲ ਬਰਫ਼ ਵਰਗਾ, ਉਹਦੀ ਪਿਘਲ ਜਾਂਦਾ ਕਿਸੇ ਮਾੜੇ ਬੰਦੇ ਨੂੰ ਦੇਖ ਕੇ। ਇਹ ਵਿਚਾਰੀ ਤੜਫੀ ਜਾਂਦੀ ਸੀ, ਮੈਂ ਤਲਾਕ ਕਰਵਾ ਦਿੰਦਾ, ਤਲਾਕ ਦੇ ਸੈਣ ਤੱਕ ਨਹੀਂ ਕਰਨਾ ਆ। ਅਤੇ ਉੱਤੋਂ ਇਹ ਮੈਡਮ ਵੱਗ ਗਏ, ਇਹਨੂੰ ਹਜੇ ਧੱਕੇ ਮਾਰੇ, ਕਹਿੰਦਾ ਮੇਰੇ ਘਰੋਂ ਵਗ ਜਾ ਵੀ ਘਸੀਟੇ ਆਰਾਮ ਨੇ ਮੈਨੂੰ ਕਿਡਨੈਪ ਕਰਤਾ, ਵਿੱਚ ਇਹਦਾ ਨਾਂ ਲੈਤਾ। ਇਹ ਤੂੰ ਇਹ ਤਾਂ ਸਹੀ ਸੀ ਗੱਲ ਦੱਸ, ਇਹ ਬੰਦਾ ਕਿਡਨੈਪ ਕਰ ਸਕਦਾ ਕਿਸੇ ਨੂੰ? ਇਹ ਸੂਈ ਹੋਈ ਕੁੱਤੀ ਦੇ ਪਟੂਰੇ ਚੱਕ ਨਹੀਂ ਪਾ ਸਕਦਾ ਬੰਦਾ ਜੀ। ਹੈ ਇੰਨੇ ਇਲਜ਼ਾਮ ਲਾਤੇ ਸਰਪੰਚ ਨੇ? ਹਾਂ। ਤੇ ਇਹ ਆਪਾਂ ਇਲਜ਼ਾਮਾਂ ਨੂੰ ਹੁਣ ਇਕੱਲੇ ਇਲਜ਼ਾਮ ਨਹੀਂ, ਮੈਨੂੰ ਘਰੋਂ ਕੁੱਟ ਕੇ ਵੀ ਕੱਢਿਆ। ਮੇਨ ਗੱਲ ਆ ਗਈ ਸਾਰਿਆਂ ਨਾਲੋਂ ਜ਼ਿਆਦਾ ਵੀ ਇਹਨਾਂ ਨੂੰ ਕੁੱਟਿਆ। ਉਹ ਲੈ ਵੀ ਜਿਹੜੀ ਕੁੜੀ ਅੱਜ ਤੱਕ ਲੋਕਾਂ ਨੂੰ ਕੁੱਟਦੀ ਰਹੀ ਉਹਦੀ ਹਿੰਮਤ ਕਿਵੇਂ ਹੋਈ ਮੇਰੇ ਤੇ ਹੱਥ ਚੱਕਣ ਦੀ? ਮੈਡਮ ਜੀ ਤੁਸੀਂ ਤਾਂ ਐਵੇਂ ਹੋ,
ਉਹਨਾਂ ਤੋਂ ਕਿਉਂ ਕੁੱਟ ਖਾਂਦੇ ਹੋ? ਤੁਸੀਂ ਸਾਡੀ ਟੀਮ 'ਚ ਰਲੋ, ਹੈਂ, ਆਪਾਂ ਉਹਨਾਂ ਦੀ ਕੁੱਟ ਪਵਾਉਣੀ ਹੈ। ਸਾਡੀ ਟੀਮ? ਸਾਡੀ ਟੀਮ ਦਾ ਕੀ ਮਤਲਬ ਆ? ਤੂੰ ਐਂ ਕਹਿ ਵੀ ਸਾਨੂੰ ਸਾਡੀ ਸੋਡੀ ਟੀਮ 'ਚ ਰਲਾਓ। ਕੋਈ ਗੱਲ ਨਹੀਂ, ਕਹਾਣੀ ਵੱਡ ਨਾ ਪਾਓ, ਤੁਸੀਂ ਸਾਰਾ ਸਮਝ ਜਾਓਗੇ ਹੌਲੀ ਹੌਲੀ। ਬਸ ਇੱਕ ਵਾਰੀ ਸਾਡਾ ਸਾਥ ਦਿਓ। ਮੇਰਾ ਤਾਂ ਹੁਣ ਸਾਥ ਹੀ ਆ। ਜਿਹੜਾ ਹੁਣ ਮੇਰੇ ਬਦਲੇ ਦੀ ਅੱਗ ਲੱਗੀ ਹੋਈ ਹੈ ਨਾ, ਕਿ ਬਸ ਮੈਂ ਆਪਦੇ ਥੱਪੜਾਂ ਦਾ ਬਦਲਾ ਲੈ ਲਾਂ, ਉਹੀ ਤੁਹਾਡੇ ਅੰਦਰ ਹੋਣੀ ਚਾਹੀਦੀ ਆ। ਬਸ ਆਹੀ ਤਾਂ ਅਸੀਂ ਚਾਹੁੰਦੇ ਆ, ਕੋਈ ਨਾ ਕੋਈ ਉਹਦਾ ਦੁਸ਼ਮਣ ਹੋਰ ਮਿਲੇ ਸਾਨੂੰ, ਫੇਰ ਸਾਡੀ ਟੀਮ ਮਜ਼ਬੂਤ ਮਜ਼ਬੂਤ ਹੋ। ਦੁਸ਼ਮਣ ਤਾਂ ਮੈਂ ਦੀ ਇਕੱਲੀ ਹੀ ਕਾਫੀ ਆ, ਹਲੇ ਤੱਕ ਉਹਨਾਂ ਨੇ ਮੇਰਾ ਪਿਆਰ ਹੀ ਦੇਖਿਆ। ਜਿਵੇਂ ਜਿਵੇਂ ਕਸਾਈ ਨਹੀਂ ਬੱਕਰਾ ਵੱਢਦਾ ਹੁੰਦਾ, ਟੋਟੇ ਕਰ ਕਰ ਬਸ ਐਂ ਵੱਢਣਾ। ਦੇਖੋ ਇੱਕ ਤਾਂ ਅਸੀਂ ਦੁਸ਼ਮਣ ਉਹਦਾ, ਇੱਕ ਅਸੀਂ, ਇੱਕ ਤੁਸੀਂ ਹੋ ਗਏ, ਹੁਣ ਸਰਪੰਚ ਰਹਿ ਗਿਆ ਇਕੱਲਾ। ਲੈ ਵੀ ਹੁਣ ਨਹੀਂ ਉਹਨੂੰ ਜਾਣ ਦਿੰਦੇ ਆਪਾਂ। ਫਿਰ ਇੱਕ ਗੱਲ ਹੋਰ, ਕਹਿੰਦੀ ਤੂੰ ਚੌਂਕੀ ਮੋੜ ਵਿੱਚਦੀ ਕਿ ਪੁੱਚੋ ਵਿੱਚਦੀ ਜਾਂਦਾ? ਅੱਛਾ, ਕਹਿੰਦੀ ਤੂੰ ਚੌਂਕੀ ਮੋੜ ਵਿੱਚਦੀ ਕਿ ਪੁੱਚੋ ਵਿੱਚਦੀ ਜਾਂਦਾ? ਇੱਕ ਗੱਲ ਦਾ ਕਿਸੇ ਨੂੰ ਨਹੀਂ ਪਤਾ ਲੱਗਿਆ, ਜੱਗਾ ਕਹਿ ਰੋਟੀਆਂ ਖਾਂਦਾ ਹੈਗੀ ਨਾ ਗੱਲ। ਇਹ ਕਿਹੜਾ ਜੋਗ ਚੱਕਿਆ ਹੁਣ? ਇਹਦਾ ਪਤੀ ਨਹੀਂ ਕਿਹੜਾ ਸਟੇਸ਼ਨ ਫੜ ਲਈ ਦਾ ਫਰਮ ਰੇਡੀਓ ਚੱਲ ਰਿਹਾ ਹੈ। ਚਲੋ ਐਂ ਦੱਸੋ, ਚਾਹ ਚੂ ਬਣਾ ਕੇ ਲੈ ਕੇ ਆਵਾਂ? ਚਾਹ ਫਿਰ ਵੱਡੀ ਦੇ ਕੱਢਣੀ ਪੈਣੀ ਉੱਪਰੋਂ, ਮੈਨੂੰ ਲੱਗਦਾ ਪ੍ਰਸ਼ਤੀ ਤੋਂ। ਜੱਗੀ ਚਾਹ ਪੀਏਗਾ? ਨਾ ਜੀ ਮੈਂ ਨਹੀਂ ਪੀਂਦਾ। ਕਿਉਂ? ਨਾ ਮੇਰਾ ਵਰਤ ਹੈ। ਵਰਤ? ਚਾਹ ਦਾ ਵਰਤ? ਕਮਾਲ ਦੀ ਗੱਲ ਨਹੀਂ, ਇੱਥੇ ਐ ਨਹੀਂ ਪਤਾ ਕਿੰਨਾ ਪਤੀਲਾ ਪੀ ਜਾਂਦਾ। 40 40 ਰੋਟੀਆਂ ਖਾ ਕੇ ਕਿਹੜਾ ਵਰਤ ਰੱਖਿਆ ਜਾਂਦਾ? ਬਸ ਹੁਣ ਵਰਤ ਰੱਖਿਆ ਜੀ ਇਹਨੇ। ਉਹ ਇੱਕ ਕੱਪ ਚਾਹ ਪਿੱਛੇ ਵਰਤ ਕੇ ਰਖਾ ਰਹੇ ਹੋ? ਇੱਕ ਕੱਪ ਚਾਹ ਦੇ ਲੈ ਆਣੀ ਆ ਤੁਸੀਂ? ਇੱਥੋਂ ਤੱਕ ਹੀ ਸੇਮ ਰਹੋ, ਵੀ ਇਹਦਾ ਵਰਤ ਰੱਖਿਆ ਇਹਨੇ। ਹਾਂ ਨਹੀਂ ਹੀ ਤਾਂ ਇਹਨੇ ਰੋਣਾ ਨੀ ਰੁਕਿਆ ਹੈਗਾ ਉੱਥੇ। ਇੱਕ ਵਾਰੀ ਵੀ ਮੇਰੇ ਬੱਚਿਆਂ ਨੇ ਮੇਰੇ ਵੱਲ ਮੂੰਹ ਨੀ ਕੀਤਾ, ਮੈਂ ਤਾਂ ਐਂ ਕਹਿੰਦੀ ਸੀ ਤੁਸੀਂ ਨਾ, ਮਤਲਬ ਬੱਚੇ ਉੱਥੇ ਨੇ? ਬੱਚੇ ਤਾਂ ਉੱਥੇ ਹੀ ਨੇ, ਤੁਸੀਂ ਐਂ ਕਰੋ ਜੇ ਮੇਰੇ ਬੱਚੇ ਮੈਨੂੰ ਕਿਸੇ ਵੀ ਹਾਲਤ ਚ ਲਿਆ ਕੇ ਦੇ ਦੋ, ਨਾਲੇ ਮੇਰਾ ਬਦਲਾ ਪੂਰਾ ਹੋ ਜਾਊਗਾ, ਨਾਲੇ ਜਿਹੜਾ ਤੁਸੀਂ ਆਪਦਾ ਕੋਈ ਬਦਲਾ ਪੂਰਾ ਕਰਨਾ ਉਹ ਕਰ ਲਿਓ। ਲੈ ਮੈਨੂੰ ਤਾਂ ਬੱਚਿਆਂ ਦਾ ਕੀ ਮਤਲਬ ਆ? ਹਾਂ ਹਾਂ ਆ ਤਾਂ ਕੱਲ ਸੁਣੀ, ਵਧੀਆ ਸੁਣਾਤੀ ਸਾਨੂੰ, ਬੋਲੀ ਤਾਂ ਪੈ ਗਈ ਹੁਣ। ਹਾਂ ਹੁਣ ਆਪਾਂ ਬਹੁਤ ਵਧੀਆ ਕੰਮ ਹੋਇਆ। ਹੁਣ ਮੈਂ ਕਹਿੰਦਾ ਸਰਪੰਚ ਕੱਲਾ ਹੋ ਘਰੇ, ਆਪਾਂ ਚੱਲੀਏ ਨਾ। ਖੜਾ, ਹੈਲੋ, ਸੀਤਾ ਰਾਮ ਸਪੀਕਿੰਗ, ਸਰਪੰਚ ਸਾਹਿਬ ਕਿਹੜੇ ਡਿਊਟੀ ਤੁਹਾਡੀ ਵਾਰ ਮੂਰੇ? ਚੌਂਕੀ ਵਿੱਚ ਨਾ ਜਲਦੀ ਜਾ, ਦੋ ਮੁਜਰਮ ਵੜ ਗਏ, ਹੁਣੀ ਜਾ, ਪੱਕੀ ਖਬਰ ਆ, ਜੇ ਨਾ ਹੋਏ ਮੁੜੇ ਹੀ ਖਬਰ ਤਾਂ, ਖਬਰੀ ਦਾ ਕੰਮ ਖਬਰ ਦੇਣਾ, ਜਲਦੀ ਜਲਦੀ ਜਾ, ਇੱਥੇ ਮੈਂ ਲਿਆਉਣਾ ਡਿਊਟੀ, ਚਾਹੇ ਮੈਂ ਆਪ ਆਊਂਗਾ, ਤੂੰ ਟੈਂਸ਼ਨ ਨਾ ਲੈ। ਜੈ ਹਿੰਦ ਜੈ ਹਿੰਦ। ਚੱਕ ਬਸ, ਆਹ ਤਾਂ ਕੰਮ ਬੜਾ ਵਧੀਆ ਕਰਿਆ, ਹੁਣ ਆਪਣਾ ਰਾਹ ਸਾਫ ਹੋ ਗਿਆ। ਮੈਂ ਕਹਿੰਦਾ ਹੁਣ ਆਪਾਂ ਛੇਤੀ ਚੱਲਦੇ ਹਾਂ। ਕੱਲਾ ਛੇਤੀ ਜਾਣ ਵਾਲਾ ਕੰਮ ਨਾ ਸੋਚੋ, ਮਾੜੇ ਜਿਹੇ ਹੁਸ਼ਿਆਰੀ ਨਾਲ ਰਹੋ। ਜੱਗਾ ਸਰਪੰਚ ਨਹੀਂ, ਉੱਥੇ ਇੱਕ ਹੋਰ ਵੀ ਆ। ਜੱਗਾ ਨਾਲ ਇਹ ਦੁੱਧ ਸ਼ਾਹ ਨਾਲ ਇੱਕ ਫੇਰ ਕਰ ਲਈ ਫਿਰ ਬਸ, ਫਿਰ ਤਾਂ ਸਾਰੇ ਕੰਮ ਸਿੱਧੇ। ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਬੰਦਾ ਚੂਹੇ ਨੂੰ ਵੀ ਪਿੰਜਰੇ 'ਚ ਫੜ ਲੈਂਦਾ ਹੋਣਾ, ਮੈਨੂੰ ਨਹੀਂ ਯਕੀਨ ਹੈਗਾ ਇੱਥੇ। ਐ ਨਾ ਕਹਿ, ਐ ਤਾਂ ਪਹਿਲਾਂ ਨਾ ਤੁਸੀਂ ਆਪਣੀ ਲੈਂਗੁਏਜ ਚੇਂਜ ਕਰੋ। ਮੈਡਮ ਜੀ ਤੁਸੀਂ ਫਿਕਰ ਨਾ ਕਰੋ, ਉਹ ਸਰਪੰਚ ਨੂੰ ਵੀ ਮੈਂ ਹੀ ਜੱਪਾ ਲਾਇਆ ਸੀ। ਕੀ? ਉਹ ਨਹੀਂ, ਉਹ ਇਹ ਤਾਂ ਹੈ ਕਹਿੰਦਾ ਜੀ ਇੱਕ ਵੱਡੀ ਖੇਡਦਾ ਰਿਹਾ ਨਾ, ਮੁੱਕ ਗਿਆ ਟੂਰਨਾਮੈਂਟ ਤਾਂ ਨਾ। ਜੱਫਾ ਲਾਇਆ ਸੀ, ਖੇਪ ਪਵਾਈ ਸੀ ਸਿਰ 'ਚ, ਉੱਥੇ ਕਹਿੰਦਾ ਮੈਂ ਜੱਫਾ ਲਾਊਂਗਾ। ਇਹ ਨਾ ਮੈਨੂੰ ਡਰਾ ਦਿੰਦਾ ਏ।
ਸੱਚੀ ਮੈਨੂੰ ਡਰਾ ਦਿੰਦਾ, ਕਦੇ ਕਦੇ ਮੈਨੂੰ ਐ ਸ਼ੱਕ ਹੋਣ ਆ ਜਾਂਦਾ ਵੀ ਜੋ ਸਰਪੰਚ ਨੇ ਮੈਨੂੰ ਦੱਸਿਆ ਸੱਚ ਤਾਂ ਨਹੀਂ। ਇਹ ਬੰਦਾ ਡਰਾਉਣ ਖਾਤਰ ਆ ਕੀ ਹੋਇਆ ਨਾ, ਇੱਥੇ ਇੱਥੇ ਦੀ ਗੱਲ ਆ ਗੰਗਾਨਗਰ ਦੀ, ਮੈਂ ਉੱਥੇ ਵੱਗ ਗਿਆ ਤਾਂ ਜਾ ਕੇ ਦੋ ਪਛਾਤੇ ਜਿਹੇ ਬੰਦੇ ਬੈਠੇ ਉੱਥੇ, ਜਾਣ ਦਾ ਨਾਮ ਵੀ ਨਾ ਲੈਣ। ਮੈਂ ਕੀ ਕੀਤਾ, ਚੱਕਿਆ ਨੀ ਅੱਗੇ ਨੂੰ ਸਵੇਰੇ ਸਵੇਰੇ 4 ਵਜੇ, ਉਹਨਾਂ ਦਾ ਬਾਰ ਖਲਾ ਕੇ ਮੂਹਰੇ ਖੜਾ ਤਾ, ਤੇ 15 ਮਿੰਟਾਂ ਬਾਅਦ ਪਤਾ ਲੱਗਿਆ ਉਹ 7 ਵਾਲਾ ਡੱਬਾ ਚੜ ਗਏ। ਆਹੀ ਹਾਸੀ ਹੱਸਿਆ ਸੀ ਉਦੋਂ, ਸਹੀ ਗੱਲ ਸੁਣਿਆ ਉਹਨਾਂ ਨੂੰ ਬੁਖਾਰ ਚੜਦਾ, ਕਹਿੰਦੇ ਤਾਂ ਪਤਾ ਨੀ ਕੀ ਦੇਖਿਆ ਸੀਗਾ। ਬੰਦੇ ਦਾ ਰਾਹ ਪਰਾ ਖੜਾ ਦੇਗਾ, ਆਪਾਂ ਤਾਂ ਭੱਜ ਵੀ ਲਾਵਾਂਗੇ ਤੋਂ ਭੱਜਿਆ ਵੀ ਨੀ ਜਾਣਾ। ਕੰਮ ਕਰ ਲੋਗੇ ਤੁਸੀਂ ਧਿਆਨ ਨਾਲ? ਹਾਂ ਕੋਈ ਨੀ ਕੋਈ ਨੀ, ਬੱਚੇ ਲੈ ਆਉਂਗੇ ਨਾ? ਹਾਂ ਅਸੀਂ ਬਸ ਬੱਚੇ ਲਿਆਉਣੇ ਆ, ਹੋਰ ਕੁਝ ਨਹੀਂ। ਚਲੋ ਫੇਰ ਜਾਓ, ਜੇ ਚਾਹ ਪੀਣੀ ਹੈ ਤਾਂ ਮੈਂ ਲਿਆ ਦਿੰਨੀ ਆ। ਬਸ ਜੀ ਬਸ, ਨਹੀਂ ਚਾਹ ਤਾਂ ਰਹਿਣ ਦੇ, ਮੈਂ ਪਿਸਟਲ ਦਾ ਚੱਕ ਲਿਆਵਾਂ। ਪਿਸਟਲ ਚੱਕ ਪਿਸਾ ਆ ਚੱਕ ਲਿਆ ਜੀ। ਉਹ ਜੱਗਿਆ ਜੱਗਿਆ ਜੱਗਿਆ, ਆ ਜਿਹੜਾ ਦਿਮਾਗ ਹੈ ਨਾ ਇਹ ਵਾਲਾਂ ਤੇ ਊਂ ਕਰਨ ਨੂੰ ਰੱਖਿਆ ਵਾ, ਇਹ ਤੋਂ ਮਾੜਾ ਮੋਟਾ ਕੰਮ ਵੀ ਲੈ ਲਿਆ ਕਰ, ਇਹ ਤੋਂ ਲੇਬੀਲੇਸ਼ਨ ਲਾ ਦੇ, ਨਵੇਂ ਦਾ ਨਵਾਂ ਪਿਆ, ਤੂੰ ਕਦੇ ਕੰਮ ਨਹੀਂ ਲੈਤਾ ਤੂੰ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਬੇਇੱਜ਼ਤੀ ਨੂੰ ਵੀ ਸਮਝ ਲਿਆ ਕਰ ਮਾੜਾ ਮੋਟਾ। ਇੱਕ ਮਿੰਟ ਖੜਾ, ਦੂਸਰਾ ਪੰਗਾ ਪੈ ਗਿਆ, ਤੂੰ ਚੁੱਪ ਰਿਹਾ। ਉਹ ਚੱਲੀਏ ਜੀ, ਮੈਂ ਥੋੜੇ ਪੈਸੇ ਚੱਕ ਲਿਆ। ਹਾਂ ਜੀ ਹਾਂ ਚੱਕ ਲਿਓ, ਬਹਿ ਜਾ ਤੂੰ ਇੱਥੇ। ਚਲੋ ਆ ਜਾਓ ਕਰਨ ਜੀ, ਤਾਂ ਚਲੋ ਟੱਪੋ ਇੱਧਰ ਹੀ ਆ ਜਾਓ, ਗੱਡੀ ਲੈ ਚੱਲਾਂਗੇ ਨਾਲ। ਲੈ ਕਮਲ ਨੇ ਰੋਟੀ ਨਹੀਂ ਖਾਧੀ ਹਜੇ ਤੱਕ, ਕਿੱਥੇ ਬੈਠੀ ਹੈ? ਉਹ ਬੈਠੀ ਹੈ ਦੇਖ ਲੈ ਲੈ। ਕਮਲ, ਇਹ ਕਮਲ। ਹਾਂ ਬਾਬੀ। ਕੀ ਹੋ ਰਿਹਾ, ਪੀਣ ਕੀ ਜਲਾਈ ਬੈਠੀ ਹੈ ਤੂੰ, ਰੋਟੀ ਨਹੀਂ ਖਾਧੀ? ਤੇ ਨਾ ਬਾਬੀ, ਮੇਰਾ ਜੀ ਨਹੀਂ ਕਰਦਾ ਰੋਟੀ। ਕਿਉਂ ਨਾ? ਆਈ ਤੇਰਾ ਭਾਈ ਕਹਿੰਦਾ ਨਾ ਜੀ ਮੇਰਾ ਜੀ ਨਹੀਂ ਕਰਦਾ, ਉਹ ਵੀ ਬਿਮਾਰ ਹੋ ਗਿਆ, ਆ ਹੁਣ ਤੂੰ ਹੋ ਜਾਏਂਗੀ ਬਿਮਾਰ, ਰੋਟੀ ਨਾਲ ਕੋਈ ਬਹਿਰ ਹੈ ਤੁਹਾਡਾ? ਭਾਬੀ ਜਦੋਂ ਅੰਦਰੋਂ ਮਨ ਹੀ ਨਹੀਂ ਮੰਨਦਾ। ਹੋਰ ਕੀ ਖਾਣਾ ਉਹ ਦੱਸ ਦੇ, ਉਹ ਬਣਾ ਦੂੰਗੀ। ਨਾ ਮੈਂ ਤਾਂ ਕੁਛ ਨਹੀਂ ਖਾਣਾ। ਬਸ ਮੈਨੂੰ ਲੱਗਦਾ ਤੇਰੇ ਤੇ ਇੱਕ ਹੀ ਦਿਮਾਗ ਦਿਲ ਤੇ ਬੈਠ ਗਈ ਹੁਣ, ਹਨਾ, ਵੀ ਜੇ ਮੈਨੂੰ ਰੀਤ ਮਿਲ ਜੇ। ਹਾਂ ਭਾਬੀ, ਬਾਹਲਾ ਮਨ ਕਰਦਾ ਵੀ ਜੇ ਕਿਤੇ ਰੀਤ ਮਿਲ ਜੇ ਨਾ, ਉਹਦੇ ਮੂੰਹ ਤੇ 5-4 ਥਾਪੜੇ ਮਾਰ ਕੇ ਮੈਂ ਸਾਰਾ ਗੁੱਸਾ ਕੱਢ ਲਾਂ। ਫਿਰ ਬੋਝ ਹੌਲਾ ਹੋ ਜੂਗਾ? ਸ਼ਾਇਦ, ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੇਰਾ ਮਨ ਹਲਕਾ ਹੋ ਜੂ, ਨਹੀਂ ਤੇ ਮੈਂ ਭਰੀ ਪਈ ਆ ਭਾਬੀ ਅੰਦਰੋਂ। ਹੁਣ ਉਹਦਾ ਕੀ ਪਤਾ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ? ਹਾਂ ਇਹ ਤਾਂ ਗੱਲ ਹੈ ਭਾਬੀ, ਇਹ ਤਾਂ ਨਹੀਂ ਪਤਾ ਵੀ ਉਹ ਕਿੱਥੇ ਰਹਿੰਦੇ ਨੇ। ਜੇ ਕਿਤੇ ਉਰਾਂ ਪਰਾਂ ਹੋਣ ਚਾਹੇ ਪਤਾ ਹੋਵੇ, ਘਰੇ ਵੀ ਜਾ ਵੜੀਏ। ਹੁਣ ਜਦੋਂ ਆਪਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਦਾ ਕਿੱਥੇ ਰਹਿੰਦੇ ਨੇ ਕਿੱਥੇ ਨਹੀਂ। ਇਹ ਤਾਂ ਗੱਲ ਠੀਕ ਹੈ ਭਾਬੀ ਤੇਰੀ। ਹੁਣ ਇੱਕ ਗੱਲ ਆ, ਮੈਂ ਤਾਂ ਨਾ ਆਉਣ ਨੂੰ ਵੀ ਜੀ ਨਹੀਂ ਕਰਦਾ ਹੁਣ ਤਾਂ। ਇਹ ਕੁੜੀ ਨੇ ਨਾ ਜਮੀ ਪੱਟ ਕੇ ਵਗਾ ਤੇ ਸੱਚੀ ਭਾਬੀ, ਮੇਰਾ ਮਨ ਕਿਤੇ ਨਹੀਂ ਟਿਕਦਾ ਹੈਗਾ, ਕਦੇ ਕੁਛ ਸੋਚਦੀ ਆ ਕਦੇ ਕੁਛ ਸੋਚਦੀ ਆ। ਬਿਮਾਰ ਨਾ ਹੋ ਜੀ ਤੂੰ ਪਹਿਲਾਂ, ਮੈਨੂੰ ਪਹਿਲਾਂ ਮਸਾਂ ਠੀਕ ਹੋਈ ਆ, ਟੈਨਸ਼ਨ ਜੀ ਨਾ ਲਿਆ ਕਰ ਉਹਦੀ, ਸਰ ਦੇ ਟੈਨਸ਼ਨ ਨਾ ਲੈਣੀ ਉਹਦੀਆਂ। ਹੁਣ ਭਾਬੀ ਟੈਨਸ਼ਨ ਤਾਂ ਹੁੰਦੀ ਹੈ, ਤੈਨੂੰ ਪਤਾ ਨਾ ਮੇਰੇ ਕੱਲੀ ਕੱਲੀ ਧੀ ਸੀ, ਮੇਰਾ ਕਿਹੜਾ ਕੋਈ ਹੋਰ ਸਹਾਰਾ ਸੀ। ਤੇ ਕੱਲੀ ਧੀ ਨੇ ਕੀ ਜੰਦ ਚਾੜਿਆ ਇਹ ਵੀ ਦੇਖ ਲੈ ਤੂੰ। ਫਿਰ ਗੁੱਸਾ ਵੀ ਤੇ ਇਸੇ ਗੱਲ ਦਾ ਆਉਂਦਾ, ਤੇਰੇ ਤੇ ਸੋਚਿਆ ਨਾ, ਭੋਰਾ ਵੀ ਨਹੀਂ ਸੋਚਿਆ, ਕਹਿਣਾ ਤਾਂ ਨਹੀਂ ਸੀ ਪਰ ਉਹਨੇ ਮਜਬੂਰ ਕਰਤੇ ਕਹਿਣ ਲਈ। ਇਹ ਤਾਂ ਗੱਲ ਤੇਰੀ ਠੀਕ ਹੈ ਭਾਬੀ, ਚਲ ਐਂ ਕਰ,
ਤੂੰ ਰੋਟੀ ਖਾ, ਆਪਾਂ ਚੱਲਦੇ ਆ ਇੱਧਰ ਬਾਜ਼ਾਰ ਵੱਲ ਅੱਜ। ਅੱਛਾ, ਤੇਰਾ ਮਨ ਹੌਲਾ ਹੋ ਜੂ, ਨਾਲੇ ਆਪਾਂ ਮਾੜਾ ਮੋਟਾ ਸਮਾਨ ਲਿਆਵਾਂਗੇ। ਚੰਗਾ ਠੀਕ ਹੈ ਭਾਬੀ, ਚੱਲ ਵਗ ਚੱਲਾਂਗੇ। ਹਾਂ, ਮੈਂ ਤੈਨੂੰ ਰੋਟੀ ਲੈ ਕੇ ਆਉਣੀ ਆ, ਤੂੰ ਉੱਥੇ ਆਉਣਾ ਰਸੋਈ ਚ, ਉੱਥੇ ਵਗ ਚੱਲਦੀ ਆ। ਚੱਲ ਆ ਜਾ। ਹਾਂ ਨਹੀਂ ਆ ਮੈਂ, ਤੂੰ ਚੱਲ ਚੱਲ ਆ ਜਾ, ਮੈਂ ਰੋਟੀ ਪਾਉਣੀ ਆ। ਕੀ ਕਰਾਂ, ਕੁਛ ਸਮਝ ਨਹੀਂ ਆ ਰਿਹਾ ਭਾਬੀ। ਹਾਂ ਕਮਲਿਆ, ਮੈਂ ਰੋਟੀ ਲਿਆਉਂਦੀ ਸੀ। ਤੂੰ ਛੱਡ ਰੋਟੀ ਨੂੰ, ਮੈਂ ਤਾਂ ਚਾਹ ਦੀ ਘੁੱਟੀ ਪੀ ਲੂੰਗੀ। ਤੂੰ ਰਿਹਾ ਹੁਣ ਕੀ ਹੋ ਗਿਆ, ਕੀ ਹੋ ਗਿਆ? ਆ ਤੂੰ ਫੋਨ ਤੇ ਪਹਿਲਾਂ ਕਿਹਦੇ ਨਾਲ ਗੱਲ ਜੀ ਕਰੀ ਜਾਂਦੀ ਸੀ? ਰੀਤ ਦੀ ਗੱਲ ਕਰੀ ਜਾਂਦੀ ਸੀ, ਮੈਨੂੰ ਐਂ ਲੱਗਦਾ ਮੇਰੇ ਕੰਨੀ ਬਰੇਲ ਜੀ ਪਈ ਸੀ। ਓਹੋ, ਲੱਗਦਾ ਤਾਂ ਸੁਣ ਗਿਆ। ਨਹੀਂ ਨਹੀਂ, ਉਹ ਤਾਂ ਤੇਰੇ ਭਾਈ ਦਾ ਫੋਨ ਆਇਆ ਸੀਗਾ, ਉਹ ਤਾਂ ਪੁੱਛਦਾ ਸੀ, ਕਹਿੰਦਾ ਵੀ ਕਣਕ ਕੁਣਕ ਘਰੇ ਕਿੰਨੀ ਕੁ ਰੱਖਣੀ ਹੈਗੀ। ਅਰੇ ਇਹ ਤਾਂ ਮੈਂ ਨਵੀਂ ਨਹੀਂ ਲਿੱਤਾ ਸੀ ਭਾਬੀ। ਕਿਉਂ ਝੂਠ ਬੋਲੀ ਜਾਂਦੀ ਹੈ, ਗੱਲ ਤਾਂ ਤੂੰ ਕਰੀ ਜਾਂਦੀ ਸੀ। ਘਰੇ ਆ ਗਈ, ਕੌਣ ਆ ਗਈ ਘਰੇ, ਕਿੱਥੇ ਆ ਗਈ ਘਰੇ, ਮੈਨੂੰ ਲਈ ਚੱਲ, ਰੀਤ ਘਰੇ ਆ ਗਈ। ਓਹੋ ਕਮਲ, ਰੀਤ ਘਰੇ ਪਤਾ ਨਹੀਂ ਕਿਵੇਂ ਆ ਗਈ, ਤੇਰੇ ਦਿਮਾਗ ਨੂੰ ਕੀ ਹੋ ਰਿਹਾ ਹੈਗਾ? ਨਾ ਸਰਪੰਚ ਰੀਤ ਨੂੰ ਉਹਨੂੰ ਘਰੇ ਵੜਨ ਦੇ ਦੂਗਾ, ਇਹ ਕਿਵੇਂ ਹੋ ਸਕਦਾ ਹੈਗਾ? ਮੈਨੂੰ ਨਹੀਂ ਪਤਾ, ਮੈਂ ਤਾਂ ਤੈਨੂੰ ਗੱਲਾਂ ਕਰਦੀ ਨੂੰ ਸੁਣਿਆ ਸੀ ਵੀ ਸਰਪੰਚ ਘਰੇ ਆ ਗਈ ਘਰੇ ਆ ਗਈ। ਹਾਂ ਕਮਲ, ਚੱਲ ਜੇ ਤੂੰ ਬਾਹਲਾ ਕਰਦੀ ਆ, ਆਈ ਸੀ ਸਰਪੰਚ ਕੋਲੇ ਜਵਾਕਾਂ ਨੂੰ ਮਿਲਣਾ, ਉਹਨਾਂ ਨੇ ਘੋਂ ਕੱਢਤੀ ਧੱਕੇ ਧੁੱਕੇ ਮਾਰ ਕੇ, ਮੈਂ ਤਾਂ ਹੁਣ ਕੀ ਦੱਸਾਂ। ਅੱਛਾ, ਜਦੋਂ ਏਡੀ ਵੱਡੀ ਗਲਤੀ ਕਰਦੇ ਧੀ ਪੁੱਤ, ਤੇ ਤੂੰ ਐ ਲਾ ਲਾ ਫਿਰ ਸਰਪੰਚ ਬਖਸੂਗਾ। ਅੱਛਾ ਅੱਛਾ, ਹੁਣ ਨਾ ਉਹਦਾ ਪਤਾ ਕੋਈ ਨਾ, ਹੁਣ ਕਿਆ ਬਾਲਾ ਮੂੰਹ ਮਾਰ ਗਿਆ ਜਵਾਕਾਂ ਦਾ ਤੈਨੂੰ। ਜੇ ਜਵਾਕਾਂ ਦਾ ਹੇਜ ਆਉਂਦਾ ਤਾਂ ਉਹਦੀ ਨਾ ਜਾਂਦੀ। ਹੈਂ, ਹੁਣ ਵੱਡੀ ਹੇਜਣ ਆ ਗਈ ਜਵਾਕਾਂ ਦੀ। ਕਮਲ, ਕਹਿਣਾ ਤਾਂ ਨਹੀਂ ਸੀ ਪਰ ਨਾ ਮਜਬੂਰ ਕਰ ਰੱਖਿਆ ਉਹਨੇ ਕਹਿਣ ਲਈ, ਕੀ ਕਰੀਏ, ਇਦਾਂ ਤਾਂ ਜੰਮਦੀ ਮਰ ਜਾਦੀ, ਆਹ ਦਿਨ ਦੇਖਣੇ ਤਾਂ ਨਹੀਂ ਸੀ ਪੈਂਦੇ। ਸਹੀ ਗੱਲ ਹੈ ਭਾਬੀ, ਹੁਣ ਜਵਾਕਾਂ ਦੇ ਹੱਕ ਜਿਤਾਉਂਦੀ ਹੈ। ਹੁਣ ਕਾਹਦਾ ਹੱਕ ਜਿਤਾਊਗੀ, ਜਵਾਕ ਤਾਂ ਸਰਪੰਚ ਕੋਲੇ ਰਹਿਣਗੇ, ਉਹ ਤਾਂ ਉਹਨੂੰ ਸਿਆਣਦੇ ਵੀ ਨੀ। ਇਹ ਤਾਂ ਤੈਨੂੰ ਵੀ ਪਤਾ, ਜੇ ਹੁਣ ਆ ਗਈ ਕਿਹੜੀ ਮੂੰਹ ਆਊਗੀ ਸਰਪੰਚ ਦੇ ਘਰ, ਚਾਹੇ ਆਪਣੀ ਲੱਖ ਧੀ ਹੈ, ਆਪਾਂ ਸਰਪੰਚ ਨੂੰ ਨੀ ਮਾੜਾ ਕਹਿ ਸਕਦੇ। ਉਹ ਚ ਤਾਂ ਕਸੂਰ ਹੀ ਨੀ ਭਾਬੀ ਕੋਈ, ਚਰਨ ਚ ਕਾਹਦਾ ਕਸੂਰ ਹੈ ਮੈਨੂੰ ਐਂ ਦੱਸ। ਹੁਣ ਤੂੰ ਦੱਸ, ਜੇ ਬਾਈ ਚਾਂਸ ਆ ਜੇ ਤੇ ਉਹ ਰਹਿਣ ਦੇ ਦੂਗਾ, ਕੱਲ ਨੂੰ ਜੇ ਮੈਂ ਗਲਤੀ ਕਰਦਾ ਤੇਰਾ ਭਾਈ ਮੈਨੂੰ ਵੜਨ ਦੇ ਦੂਗਾ ਘਰੇ? ਨਹੀਂ, ਬਸ ਫਿਰ ਦੇ ਸਕਦਾ ਭਾਬੀ ਕੋਈ ਵੀ, ਫਿਰ ਉਹ ਉੱਥੇ ਕਿਵੇਂ ਰਹਿਣ ਦੇ ਦੂਗਾ? ਚੱਲ, ਤੇ ਤਾਂ ਦਿਮਾਗ ਨਾ ਟੈਨਸ਼ਨ, ਮਤਲਬ ਗੱਲ ਘੁਕਦੀ ਫਿਰਦੇ ਦਿਮਾਗ ਤੇ ਤੇਰੇ। ਕਮਲ, ਤੂੰ ਰੋਟੀ ਰਾਟੀ ਖਾ ਕੇ ਨਾ ਦਵਾਈ ਲੈ ਲਾ। ਕਮਲ, ਕਿਹੜੀ ਸੋਚਣ ਚ ਪੈ ਗਈ, ਚੱਲ ਖੜੇ ਹੋ, ਐ ਨੀ ਤੂੰ ਲੋਟ ਆਉਂਦੀ, ਖਾ ਬੁਰਕੀ ਰੋਟੀ ਦੀ ਤੇ ਦਵਾਈ ਲੈ, ਬਿੰਦ ਝੱਟ ਰੈਸਟ ਕਰੇਂਗੀ, ਚੱਲ ਫਿਰ ਬਾਜ਼ਾਰ ਚੱਲਾਂਗੀ। ਆ ਖੜੇ ਹੋ, ਤੇਰੇ ਕਹੇ ਖਾ ਲੈਣੀ ਆ ਮੈਂ। ਜੇ ਰੋਟੀ ਨਾ ਕਾਹਦਾ ਬੈਰ ਹੈ, ਜੇ ਰੋਟੀ ਸਾਡੇ ਤੋਂ ਕੋਈ ਮਿਲਣ ਲੱਗ ਗਿਆ ਤਾਂ ਮੈਂ ਵੀ ਛੱਡਦਾ ਨੀ ਆ, ਜੇ ਆ ਜਾਊਗੀ ਤਾਂ। ਉਹ ਤਾਂ ਗੱਲ ਤੇਰੀ ਠੀਕ ਹੈ ਭਾਬੀ, ਚੱਲ ਚੱਪਣਾ ਤਾਂ ਮੈਂ ਤੇਰਾ ਕਹਿ, ਆ ਜਾ ਖਾ ਰੋਟੀ, ਮੈਂ ਤਾਂ ਤੈਨੂੰ ਨਾਲੇ ਲੈ ਕੇ ਜਾਊਂ, ਫਿਰ ਨਾ ਨੀ ਪਤਾ ਬੈਠ ਜਾਈਂ ਇੱਥੇ, ਚੱਲ ਆ ਜਾ ਉੱਥੇ ਬੈਠ ਕੇ ਕਾਰ ਕੋਲੇ ਮੇਰੇ ਰੋਟੀ। ਆ ਗਿਆ ਘਰ ਉਹਦਾ, ਮੇਰੀ ਗੱਲ ਸੁਣ ਲਾ ਜੱਗਾ, ਇੱਕ ਮਿੰਟ ਫੜੋ, ਪਲੈਨਿੰਗ ਹੁਣ ਸੁਣ ਲਾ, ਠੀਕ ਆ? ਹਾਂ, ਉੱਥੇ ਜਾ ਕੇ ਕੋਈ ਕਾਨਮੀਨ ਨਹੀਂ ਹੋਵੇ, ਤੂੰ ਆਏ ਵਾਰ ਗਲਤ ਕੰਮ ਕਰਦਾ ਹੁੰਦਾ, ਠੀਕ ਆ?
ਮੇਰੀ ਗੱਲ ਸੁਣ, ਪਲਾਨ ਹੈਗਾ ਆਪਣਾ ਏ, ਜੇ ਏ ਨਾ ਸਾਹਿਬ ਚਾਹੇ ਫਿਰ ਬਣਾ ਮੈਂ ਬੀ, ਮੈਂ ਮਾਰੂੰਗਾ ਗੋਲੀ ਜਾਂ ਕਰਮਜੀਤ, ਤੂੰ ਚੱਕੇਗਾ ਬੱਚੇ, ਆ ਗਈ ਸਮਝ? ਕਿਵੇਂ ਭਲਾ? ਮੈਂ ਮਾਰੂੰਗਾ ਗੋਲੀ, ਤੁਸੀਂ ਚੱਕੋਗੇ ਬੱਚੇ, ਚੱਕੇ ਓਏ ਅਸੀਂ ਚੱਕਾਂਗੇ ਬੱਚੇ, ਤੂੰ ਮਾਰੀ ਗੋਲੀ ਬਸ। ਖਰਾਚ ਬਾਹੀ ਸੀ ਰੋਟੀ ਖਾਣ, ਸਾਰਾ ਮੂੰਹ ਸਾਰਾ ਸਾਰਾ ਮਨਾ ਲਿਆ, ਨਵਾ ਬੱਚਿਆਂ ਨੂੰ ਹੋਰ ਕਿਆ ਬੱਚੇ, ਹੋਰ ਮੈਂ ਤਿਆਰ ਸੀ ਛੱਡ ਆਊਂਗਾ, ਅਜੇ ਪੁੱਤਾਂ ਨਾਲ ਉਦਾ ਦਾ ਵਾ, ਆਜੋ ਮੇਰਾ ਸ਼ੇਰ, ਆਜੋ ਆਜੋ ਮੇਰਾ ਸ਼ੇਰ, ਆਵੀ ਸਰਪੰਚਾ ਆਜੋ ਬੱਤੋ, ਗੱਲ ਸੁਣ ਲਾ, ਹੱਲਣ ਦੀ ਕੋਸ਼ਿਸ਼ ਨਾ ਕਰ, ਖੋਪੜੀ ਜੀ ਨੇ ਤੇਰੀ ਕੱਖੜੀ ਵਾਂਗੂ ਪਾੜ ਦੂੰ ਮੈਂ ਜੇ ਹੱਲਿਆ ਤਾਂ। ਉਹ ਤੁਸੀਂ ਲਈ ਤਾਂ ਫਿਰਦੇ ਹੋ ਇਹਨੂੰ, ਇਹ ਚਲਾਉਣੇ ਬਹੁਤ ਔਖੇ ਹੁੰਦੇ ਆ। ਉਹ ਹਰ ਇੱਕ ਤੋਂ ਹੀ ਚੱਲਦਾ ਇਹਨੂੰ ਵੀ ਕੋਈ ਚਲਾਉਣਾ ਚਲਾਉਂਦਾ ਹੁੰਦਾ, ਤੇਰਾ ਇਹ ਵਹਿਮ ਵੀ ਕੱਢ ਹੀ ਦੇਵਾਂਗੇ, ਟੈਨਸ਼ਨ ਨਾ ਲੈ, ਹੱਲਣ ਦੀ ਕੋਸ਼ਿਸ਼ ਨਾ ਕਰ, ਚਲੋ ਜਿਹੜਾ ਕੋਈ ਨਾ ਬੱਚਿਆਂ ਨੂੰ ਬੁਲਾਓ, ਹਾਂ ਕਰਮ ਜੀ ਦਾ ਘੱਟ ਬਾਰ ਚ ਬੱਚੇ ਜਿਹਦੇ ਬਾਹਰ ਬਾਹਰ ਆ ਵੇ, ਤੂੰ ਜਵਾਕਾਂ ਨੂੰ ਲੈ ਜਾ ਪਰੇ, ਗੋਲੀ ਕੱਤ ਮਾਰ ਦਿਓ, ਉਹ ਖੜ ਜਾ ਪਰਾਂ ਹੋ ਜਾ, ਬੱਚੇ ਇਹਦੇ ਮਾਰਾਂਗੇ, ਮੇਰੇ ਮਾਰ, ਸਰਪੰਚ ਸਾਹਿਬ ਦੇ ਨਾ ਮਾਰ, ਮੇਰੇ ਮਾਰ, ਹਾਂ ਹੋਈ ਸੀ ਆਪਣੀ ਕੀ ਗੱਲ ਹੋਈ ਸੀ, ਮੈਂ ਮਾਰੂੰਗਾ ਗੋਲੀ ਤੁਸੀਂ ਚੱਕੋਗੇ ਬੱਚੇ, ਉਹ ਮੋਟੇ ਦਿਮਾਗ ਦੇ ਆ, ਮੋਟੇ ਦਿਮਾਗ ਦੇ ਐਂ ਗੱਲ ਹੋਈ ਸੀ ਵੀ ਮੈਂ ਮਾਰੂੰਗਾ ਗੋਲੀ ਤੂੰ ਚੱਕੇਗਾ ਬੱਚੇ, ਨਹੀਂ ਨਹੀਂ ਹੁਣ ਤੁਸੀਂ ਬਦਲ ਗਏ, ਆਪਣੀ ਉੱਥੇ ਗੱਲ ਹੋਈ ਸੀ ਗੋਲੀ ਮੈਨੂੰ ਮਾਰਨੇ ਸਰਪੰਚ, ਓਹੋ ਬਈ ਮੈਂ ਇਸ ਪਾਣੀ ਚ ਸਾਰਾ ਕੰਮ ਖਰਾਬ ਕਰਤਾ, ਮੈਨੂੰ ਸਰਪੰਚ ਨੇ ਬੰਨਿਆ ਸੀ ਕੁਰਸੀ ਤੇ, ਬਹੁਤ ਔਖਾ ਹੋਇਆ, ਮੈਨੂੰ ਰੋਟੀ ਪਾਣੀ ਵੀ ਨਹੀਂ ਖਵਾਇਆ, ਮੈਨੂੰ ਘਰੋੜ ਹੈ ਢੱਡ ਚ ਮੇਰੇ, ਹਾਂ ਵੀ ਸਰਪੰਚ ਨੂੰ ਮੈਂ ਚੱਪਦਾ, ਕੁਕੜੀ ਸਰਪੰਚ ਇਹਨੂੰ ਫੜਾਓ ਪਿਸਤੌਲ, ਇਹਨੂੰ ਆਹ ਕਿਹੜੀ ਜਿਹੜੀ ਸੀ ਕਹਿੰਦੇ ਹੋ ਗਈ, ਮੈਂ ਇਸ ਪਾਣੀ ਚਾਹੀਦਾ ਕੀ ਮਤਲਬ, ਉਹ ਤੂੰ ਕਿਹਨੇ ਤੈਨੂੰ ਬਣਾਤਾ ਗੁੰਡਾ, ਉਹ ਕੋਈ ਮੈਸ ਨਹੀਂ ਹੈਗੀ, ਮੈਂ ਕਮਲਾ ਜਿਹੜਾ ਤੇਰੇ ਨਾਲ ਬੋਲੀ ਨਾ, ਲੈ ਤੂੰ ਕਰ ਲੈ ਜਿਹੜਾ ਕੰਮ ਕਰਨਾ, ਸਹੀ ਮਾਰੀ ਟਿਕਾਣੇ ਤੇ ਨਾਲੇ ਕਰਨੀ ਦਾ ਬੱਚੇ ਇਧਰ ਲੈ ਚੱਲੂ, ਇਹ ਗੋਲੀ ਗਾਲੀ ਹੈਗੀ ਹੈ, ਉਹ ਸਾਰਾ ਕੁਝ ਜਿਹੜਾ ਖਸਮ ਤਾਣ ਲਾ ਉਹਨਾਂ ਤੇ ਡਰਾਉਣ ਵਾਸਤੇ, ਮੈਨੂੰ ਸਰਪੰਚ ਕਰੋ ਰੋਣਾ ਨਹੀਂ, ਮਮ ਮਮ ਚੱਲੂ ਕੀ ਕਿਵੇਂ ਸਰਪੰਚ ਸਾਹਿਬ, ਉਹ ਸਰਪੰਚ ਨੂੰ ਪੁੱਛ ਲੈ ਡਰਾਈਏ ਨਾ ਇੱਥੇ, ਚਲੋ ਤੁਸੀਂ ਉਧਰ ਚਲੋ, ਬਾਹਰ ਲਾ ਇਹਨਾਂ ਨੂੰ ਬਾਹਰ ਲਾ ਜਲਦੀ, ਸਾਰੇ ਕੰਡੇ ਬੀਜੇ ਤੂੰ ਪਿਆ ਤਾ ਨਿਕੜੂ ਨਾਲੇ, ਉੱਥੇ ਤੇਰਾ ਖਸਮ ਹੋ ਰਹਿ ਗਿਆ ਪਿਸਤੌਲ ਮੇਰਾ, ਮੈਨੂੰ ਜੀ ਮੈਂ ਆਪਦਾ ਬਦਲਾ ਲੈਣਾ ਸੀ, ਆਪਦਾ ਬਦਲਾ ਲੈਣਾ ਸੀ, ਉਹ ਤੋਂ ਮੈਂ ਬਦਲਾ ਤੂੰ ਲੈਣਾ ਸੀਗਾ,
ਬੰਬ ਚਲਾ ਦੇ ਤੂੰ ਤਾਂ ਉਹਦੇ ਪਿੱਛੇ ਲੱਗ ਜਾ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲਿਆ ਕਰ ਕਿਹੜਾ ਬੰਦਾ ਕਿਹਦੇ ਕੰਨੀ ਹੈ ਸਰਪੰਚ ਦੇ ਖਿਲਾਫ ਆਪਾਂ ਉਹਦੇ ਨਾਲ ਨੀ ਹੈਗੇ ਐਂ ਫੜਾਤਾ ਵੀ ਕਿਵੇਂ ਦੱਸ ਕਿਵੇਂ ਚੱਲਦੀ ਭੱਜਿਆ ਨੀ ਆਂਦਾ ਪਾਣੀ ਭਰਾਵਾ ਤੈਨੂੰ ਕਿਸੇ ਡੱਗੀ ਡੁੱਗੀ ਤੋਂ ਪੈ ਲਾਂਗੇ ਦੇਖ ਲੈ ਆ ਗਿਆ ਪਸਤੌਲ ਲੈ ਕੇ ਮਗਰ ਉਹਦੀ ਭੱਜ ਲੇਗਾ ਨਹੀਂ ਨਹੀਂ ਕਰਮ ਜੀ ਤਾਂ ਅੰਦਰ ਵੜ ਗਿਆ ਤੂੰ ਆਪਾਂ ਦੂਰ ਟੱਪੇ ਹੁਣ ਨੀ ਆਪਾਂ ਨੂੰ ਭਾਲ ਸਕਦਾ ਬਾਕੀ ਕਮਾਲ ਚ ਆਪਾਂ ਆਏ ਨਾ ਨਹੀਂ ਭਾਲ ਸਕਦਾ ਭਰਾਵਾ ਮੇਰੀ ਗੱਲ ਸੁਣ ਲਾ ਪਾਣੀ ਪੂਣੀ ਆਦਾ ਕਰੋ ਪੀ ਕੇ ਆਇਆ ਕਰ ਇੱਥੇ ਡੱਗੀ ਡੁੱਗੀ ਦੇਖ ਲੈ ਯਾਰ ਉੱਥੇ ਪਿਆ ਦਾਂਗੇ ਉਹ ਡੱਗੇ ਦੇਖੀ ਖਾ ਕੇ ਨਾ ਰੋਟੀਆਂ ਐਡੀ ਦੇ ਕਰ ਲਈ ਪਰ ਕੰਮ ਨਹੀਂ ਤੂੰ ਕਰਦਾ ਚੱਜ ਦਾ ਕੋਈ ਕੰਮ ਦਾ ਮੈਂ ਜੀ ਆ ਛੱਡ ਦੇ ਕੋਈ ਨਾ ਚੱਲ ਹੁਣ ਮੂਹੇ ਲੱਗ ਇੱਥੇ ਪਿੱਛੇ ਰਹਿ ਜਾਏਗਾ ਆ ਜੀ ਆ ਜਾ ਕਿੱਥੇ ਤਾਂ ਆ ਪਲਾਨ ਖਰਾਬ ਕਰਕੇ ਰੱਖਤਾ ਚੱਲ ਯਾਰ ਆ ਜੀ ਬੇਟਾ ਓਹੋ ਚਲ ਬਹਿ ਜੀ ਉੱਥੇ ਬਹਿ ਜੀ ਸ਼ੁਕਰ ਹੈ ਭਗਵਾਨ ਦਾ ਲੈ ਤੂੰ ਕਹਿੰਦੇ ਸੀ ਜਵਾਕ ਇੱਥੇ ਰੱਖ ਲੈ ਆ ਗੱਲ ਦਾ ਮਾਰਾ ਮੈਂ ਜਵਾਕ ਇੱਥੇ ਨਹੀਂ ਹੁੰਦਾ ਚਲੋ ਪਰਮਾਤਮਾ ਜੀ ਦੇ ਨਾਲ ਉਹਦੇ ਕੋਈ ਨਹੀਂ ਵਾਲ ਪੈਂਦਾ ਉਹ ਉਹਨਾਂ ਚੋਂ ਸੀਗਾ ਕਮਲਾ ਜਾ ਤਾਂ ਬਸ ਤੇ ਰਹੇਗੀ ਨਹੀਂ ਅੱਜ ਸਾਰਿਆਂ ਨੂੰ ਮਾਰ ਜਾਂਦੇ ਤੇ ਤੁਸੀਂ ਮੰਗਰ ਕਾ ਤੋਂ ਭੱਜੇ ਉਹਨਾਂ ਕੋਲ ਹੋਰ ਵੀ ਕੋਈ ਹਥਿਆਰ ਹੋ ਸਕਦਾ ਸੀ ਕੀ ਹੋ ਸਕਦਾ ਸੀਗਾ ਆਹੀ ਹਥਿਆਰ ਸੀਗਾ ਕੋਲ ਕੁਦਰਤੀ ਬਚ ਗਏ ਗੋਲੀ ਨਾ ਮਾਰੀ ਜੀ ਪਾਛੇ ਦੇ ਨਾਂਗੇ ਉਹ ਕਰਮਜੀਤ ਦੇ ਦਾ ਵੱਜੀ ਸੀਗੀ ਓਹੋ ਜੇ ਅੱਜ ਇਹ ਜਿੰਦਾ ਬਾਵਾ ਤੋੜ ਲਿਆ ਹੈ ਜੇ ਹੋਰ ਦੇ ਹੱਥ 'ਚ ਹੁੰਦਾ ਨਾ ਬਸ ਆਪਾਂ ਤਾਂ ਮੈਂ ਤਾਂ ਗਿਆ ਸੀਗਾ ਆ ਫਿਰ ਵੀ ਕਹਿੰਦੇ ਹੁੰਦੇ ਆ ਜਿਹਨੂੰ ਪਰਮਾਤਮਾ ਰੱਖਦਾ ਨਾ ਆਈ ਰੱਖਦਾ ਆ ਵੀ ਪਰਮਾਤਮਾ ਨੇ ਬਹਾਨੇ ਬਣਾਇਆ ਉਹ ਤਾਂ ਐਂ ਜੇ ਕਰਨ ਲੱਗ ਗਿਆ ਕਹਿੰਦਾ ਕਿਵੇਂ ਚੱਲੂਗਾ ਮੈਂ ਕਿਹਾ ਮੈਨੂੰ ਫੜਾ ਮੈਂ ਦੱਸਦਾ ਕਿਵੇਂ ਚੱਲੂਗਾ ਓਹੋ ਵੈਸੇ ਇੱਕ ਗੱਲ ਤਾਂ ਹੈ ਸਰਪੰਚ ਸਾਹਿਬ ਜਿੰਨੇ ਦਲੇਰ ਤੁਸੀਂ ਹੋ ਉਨੀ ਦਲੇਰ ਤੁਹਾਡੇ ਬੱਚੇ ਜਮਾਂ ਨਹੀਂ ਘਬਰਾਏ ਘਰਾਉਣ ਦੀ ਕੀ ਗੱਲ ਆ ਤੂੰ ਐਂ ਕਰ ਇਹਨਾਂ ਦੇ ਕੱਪੜੇ ਪਾ ਦੇ ਮੈਂ ਛੱਡਿਆ ਮੈਂ ਚਲੋ ਇਸ ਨੂੰ ਨਵਾ ਕੇ ਲਿਆਵਾਂ ਮੈਂ ਉਹ ਦੁਬਾਰੇ ਵੀ ਆ ਸਕਦੇ ਆ ਬੱਚਿਆਂ ਦੀ ਬਹੁਤ ਜ਼ਰੂਰਤ ਹੈ ਮੈਨੂੰ ਇੱਥੇ ਤਾਂ ਇਹਨਾਂ ਦਾ ਘੱਟ ਹੀ ਘੱਟ ਆ ਲਿਆਂਦੇ ਚ ਮੈਨੂੰ ਪਤਾ ਨਾ ਕੋਈ ਨਹੀਂ ਮੈਂ ਕਰ ਦਿੰਦੀ ਇਹਨਾਂ ਨੂੰ ਤਿਆਰ ਬਸ ਇਹਨੂੰ ਤਿਆਰ ਕਰ ਦੇ ਛੇਤੀ ਛੇਤੀ ਤੇ ਮੈਂ ਨਿਕਲ ਜਾਂ ਲੈ ਕੇ ਇਹਨਾਂ ਨੂੰ ਬਾਅਦ ਚ ਦੇਖਦਾ ਕੀ ਬਣਦਾ ਗਾ ਠੀਕ ਹੈ ਇਹਦਾ ਵੀ ਕੁਝ ਕਰਨਾ ਪਊਗਾ ਬਸਤੌਲ ਜਾਂ ਇੱਥੇ ਛੱਡ ਗਏ ਚਲੋ ਕੋਈ ਨਹੀਂ ਤਾਂ ਉੱਥੇ ਚੌਕੀ ਜਮ੍ਹਾਂ ਕਰਾ ਦਿਓ ਕੁਛ ਤਾਂ ਕਰਦਾ ਹੀ ਆ ਚੱਲ ਮੈਂ ਫੋਨ ਲਾਉਣਾ ਪੁਲਿਸ ਵਾਲਿਆਂ ਨੂੰ ਆ ਭਾਈ ਮੇਰੇ ਕੋਲ ਨਾ ਬਸਤੌਲ ਰਹਿ ਗਿਆ ਠੀਕ ਹੈ ਜੀ ਫਿਰ ਮੈਂ ਕਰਦਾ ਬੱਚਿਆਂ ਨੂੰ ਤਿਆਰ ਕਰ ਬੱਚਿਆਂ ਨੂੰ ਤਿਆਰ ਕਰ ਇਹ ਪਰਮਾਤਮਾ ਸੱਚੇ ਪਾਤਸ਼ਾਹ ਵੈਗਰੂ ਅੱਜ ਤੂੰ ਬਚਾਤਾ ਹਰ ਵਾਰੀ ਬਚੂੰਗਾ ਸਹੀ ਗੱਲ ਆ ਪਰ ਅੱਜ ਤਾਂ ਪਰਮਾਤਮਾ ਨਹੀਂ ਬਚਾਇਆਗਾ ਇਹ ਕੋਣੇ ਬਚਾਤਾ ਅੱਜ ਅੱਗੇ ਨੇ ਕਹਿੰਦਾ ਸਰਪੰਚ ਸਾਹਿਬ ਕਿਵੇਂ ਚੱਲੂਗਾ ਉਹ ਪਹਿਲੀ ਵਾਰ ਇਹੋ ਜਿਹਾ ਬੰਦਾ ਦੇਖਿਆ ਜਿਹਨੂੰ ਬਸਤੌਲ ਵੀ ਨਹੀਂ ਚਲਾਉਣਾ ਆਉਂਦਾ ਵੀ ਦੱਸ ਇਹਦੇ ਕਿ ਜ਼ੋਰ ਲੱਗਦਾ ਮਾੜਾ ਜਿਹਾ ਘੋੜੇ ਨਾ ਆਪਣਾ ਗਾ ਹਾਂ ਐਂ ਲੱਗ ਗਿਆ ਕਰਨ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ 140ਵਾਂ ਭਾਗ 1 ਵਜੇ ਅੱਜ ਚੰਨੀ ਵਾਲਿਆਂ ਵਾਲੀ ਚੈਨਲ 'ਤੇ ਆਊਗਾ 1 ਵਜੇ ਚੰਨੀ ਵਾਲਿਆਂ ਵਾਲੀ ਚੈਨਲ 'ਤੇ 140ਵਾਂ ਭਾਗ ਆਊਗਾ ਉੱਥੇ ਦੇਖੋ ਜੀ